ਤੁਸੀਂ ਦੇਖ ਰਹੇ ਹੋ ਜਸ ਟੀਵੀ। ਮੈਂ ਜਿਮੀ ਬਰਾੜ, ਹਰ ਮੰਡੇ ਦੀ ਤਰ੍ਹਾਂ ਪੇਸ਼ ਆ ਇੱਕ ਨਵੀਂ ਵਿਚਾਰ ਲੈ ਕੇ, ਪ੍ਰੋਗਰਾਮ ਲੈ ਕੇ, ਜਿਹੜਾ ਆਪਾਂ ਵੀਕਐਂਡ 'ਤੇ ਵਿਚਾਰਾਂ ਕੀਤੀਆਂ ਉਹਨਾਂ ਨੂੰ ਲੈ ਕੇ ਫਿਰ ਆਪਾਂ ਇੱਕ ਵਾਰੀ ਵੈਲਕਮ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ ਜਸ ਟੀਵੀ ਦੇਖ ਰਹੇ ਨੇ। ਅਤੇ ਆਪਾਂ ਇੱਕ ਵਿਚਾਰ ਰੱਖਾਂਗੇ ਅੱਜ, ਜਿਹੜੀ ਵੀਕਐਂਡ 'ਤੇ ਆਪਾਂ ਨੂੰ ਸੁਣਨ ਨੂੰ ਮਿਲੀ ਜਾਂ ਦੇਖਣ ਨੂੰ ਵੀ ਮਿਲੀ, ਜਿਹੜਾ ਮਨ ਦੇ ਵਿੱਚ ਵੱਖਰੀ ਵਿਚਾਰ ਆਈ ਕਿ ਇਹ ਜੋ ਕੁਛ ਹੋ ਰਿਹਾ ਉਹ ਕਿਸ ਕਰਕੇ ਹੋ ਰਿਹਾ, ਕੀ ਦੁਨੀਆ ਵਾਕਿਆ ਹੀ ਇੱਦਾਂ ਚੱਲਦੀ ਹੈ, ਜਾਂ ਜਿਹੜੀ ਸਾਡੀ ਸੋਚ ਹੈ ਕੀ ਇੱਥੇ ਹੀ ਅਟਕੀ ਹੋਈ ਹੈ। ਮੈਂ ਅੱਜ ਗੱਲ ਕਰੂੰਗਾ, ਇੱਕ ਨਹੀਂ ਸਿੱਖੀ ਭਾਈਚਾਰੇ ਦੀ ਨਹੀਂ, ਆਪਾਂ ਗੱਲ ਕਰਾਂਗੇ ਹਰ ਇੱਕ ਜਿੰਨੇ ਕੁ ਧਰਮ ਆਪਾਂ ਨੂੰ ਪਤਾ ਨੇ, ਮੁਸਲਮਾਨ ਹੋ ਗਏ ਜਾਂ ਆਪਣੇ ਹਿੰਦੂ ਹੋ ਗਏ ਜਾਂ ਵਾਲੇ ਜੈਨੀ ਵਾਲੇ, ਇਹਨਾਂ ਦਾ ਜਿਹੜਾ ਮੁੱਢ ਹੈ ਉਹ ਕਿੱਥੋਂ ਚੱਲਦਾ, ਔਰ ਉਸ ਮੁੱਢ ਨੂੰ ਸੰਭਾਲਣ ਵਾਲੇ ਜਿਹੜੇ ਨੇ ਉਹ ਕਿੱਦਾਂ ਦੇ ਨੇ। ਮੈਂ ਗੱਲ ਇਸ ਬੇਸ 'ਤੇ ਕਰੂੰਗਾ ਕਿ ਜੋ ਮੈਂ ਦੇਖਿਆ ਜਾਂ ਮੈਂ ਜੋ ਸੁਣਿਆ, ਜਿਹੜਾ ਦੇਖਣ ਵਿੱਚ ਆਇਆ ਕਿ ਜਿਹੜੇ ਪ੍ਰਚਾਰਕ ਨੇ ਜਿਨ੍ਹਾਂ ਦੇ ਹੱਥ ਵਿੱਚ ਸਾਰਾ ਕੁਝ ਹੋਣਾ ਚਾਹੀਦਾ, ਕਿ ਉਹਨਾਂ ਨੂੰ ਪ੍ਰਚਾਰ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਸਟੇਜ 'ਤੇ ਬੈਠ ਕੇ ਜਾਂ ਜਿੱਥੇ ਵੀ ਮੰਚ ਹੈ ਜਿੱਥੋਂ ਬੋਲਣਾ ਚਾਹੁੰਦੇ ਨੇ ਉੱਥੋਂ ਉਹਨਾਂ ਨੂੰ ਵਿਚਾਰ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਪੇਸ਼ ਕਰਨੇ ਚਾਹੀਦੇ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਉਣ ਵਾਲੀ ਸਾਡੀ ਪਨੀਰੀ ਹੈ ਉਹ ਉਹਨਾਂ ਨੂੰ ਸਹੀ ਰਾਸਤਾ ਮਿਲੇ, ਨਾ ਕਿ ਉਹ ਧਰਮ ਦੇ ਵਿੱਚ ਹੀ ਫਸ ਕੇ ਰਹਿ ਜਾਣ, ਜਿਸ ਤਰ੍ਹਾਂ 90% ਕੀ 95% ਜਿਹੜੇ ਹੁਣ ਦੀ ਪਨੀਰੀ ਹੈ ਉਹ ਧਰਮਾਂ ਦੇ ਵਿੱਚ ਹੀ ਲੈ ਕੇ ਉਲਝੀ ਹੋਈ ਹੈ। ਕਿਸੇ ਨੂੰ ਅਸਲ ਗੱਲ ਨਹੀਂ ਪਤਾ ਕਿ ਧਰਮ ਜੋ ਹੈ ਉਹ ਇੱਕ ਜ਼ਿੰਦਗੀ ਨੂੰ ਜਾਂ ਇੱਕ ਜੀਵਨ ਨੂੰ ਸੁਧਾਰਨ ਵਾਸਤੇ ਹੈ। ਧਰਮ ਕੋਈ ਵੀ ਹੋਵੇ, ਹਰ ਕੋਈ ਧਰਮ ਇਹੀ ਸਿਖਾਉਂਦਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ, ਆਪਣੇ ਆਲੇ ਦੁਆਲੇ ਨੂੰ, ਭੈਣਾਂ ਭਰਾਵਾਂ ਨੂੰ ਜਾਂ ਦੂਸਰੇ ਲੋਕਾਂ ਨੂੰ ਕਿਸ ਤਰ੍ਹਾਂ ਮਿਲਣਾ ਵਰਤਣਾ ਜਾਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਸੁਧਾਰਨਾ ਅਤੇ ਆਪਣਾ ਜੀਵਨ ਕਿਸ ਤਰ੍ਹਾਂ ਸੁਧਾਰਨਾ, ਲੇਕਿਨ ਜੋ ਸੁਣਨ ਦੇ ਵਿੱਚ ਆਇਆ ਜਾਂ ਜੋ ਦੇਖਣ ਦੇ ਵਿੱਚ ਆਇਆ ਉਹ ਟੋਟਲੀ ਹੀ ਉਲਟਾ ਹੈ। ਜਿਹੜੇ ਸਾਡੇ ਸਿੱਖ ਵੀਰ ਨੇ ਜਿਨ੍ਹਾਂ ਨੇ ਅੰਮ੍ਰਿਤਪਾਨ ਛਕਿਆ ਹੋਇਆ, ਗੁਰਦੁਆਰੇ ਬਣੇ ਹੋਏ, ਉਹਨਾਂ ਜੋ ਟਿਊਨਾਂ ਦੀ ਸੋਚ ਜਿਹੜੀ ਹੈ ਉਹ ਇੱਥੇ ਅਟਕੀ ਹੋਈ ਸੀ ਕਿ ਜੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਤਾਂ ਤੁਸੀਂ ਬਿਲਕੁਲ, ਇਹ ਸੋਚ ਬਹੁਤ ਗਲਤ ਹੈ। ਔਰ ਸਾਡੇ ਜਿਹੜੇ ਕੱਟੜ ਹਿੰਦੂ ਵੀਰ ਨੇ ਉਹਨਾਂ ਦਾ ਇਹ ਆ ਕਿ ਇੱਕ ਧਰਮ ਹਿੰਦੂ ਧਰਮ ਹੀ ਸੱਚਾ ਹੈ, ਇਹ ਵੀ ਬਿਲਕੁਲ ਗਲਤ ਹੈ। ਔਰ ਜਿਹੜੇ ਕਈ ਮੁਸਲਮਾਨ ਕਲੋਜ਼ ਫਰੈਂਡ ਨੇ ਉਹਨਾਂ ਨੂੰ ਪੁੱਛੋ ਕਿ ਇੱਕ ਮੁਸਲਮਾਨ ਧਰਮ ਹੀ ਸਭ ਤੋਂ ਉੱਪਰ ਹੈ, ਬਾਕੀ ਸਭ ਠੀਕ। ਸਾਡੇ ਪ੍ਰਚਾਰਕਾਂ ਨੇ ਜਿਹੜੇ ਜਿੰਨੇ ਪਬਲਿਕ ਨੂੰ ਉਜਾ ਕੇ ਰੱਖ ਦਿੱਤਾ ਕਿ ਅਸੀਂ ਧਰਮਾਂ ਦੇ ਪਿੱਛੇ ਹੀ ਲੜੀ ਜਾਂਦੇ ਹਾਂ, ਇੱਕ ਧਰਮਾਂ ਦੇ ਨਾਂ 'ਤੇ ਵੋਟਾਂ ਪਈ ਜਾਂਦੀਆਂ ਨੇ, ਧਰਮਾਂ ਦੇ ਨਾਂ 'ਤੇ ਲੋਕਾਂ ਨੂੰ ਵੰਡਿਆ ਹੋਇਆ। ਇਹ ਜਿਹੜੀ ਪਾਲਿਸੀ ਸੀਗੀ ਇਹ ਇੰਗਲੈਂਡ ਦੀ ਬੜੀ ਪੁਰਾਣੀ ਪਾਲਿਸੀ ਸੀ ਕਿ ਪਾੜੋ ਅਤੇ ਰਾਜ ਕਰੋ, ਉਹਨਾਂ ਨੇ ਬਿਲਕੁਲ ਇਹੀ ਕੀਤਾ, ਇੰਡੀਆ ਨੂੰ ਪਾੜਿਆ, ਇੰਡੀਆ 'ਤੇ ਰਾਜ ਕੀਤਾ, ਇੰਡੀਆ ਦਾ ਪੈਸਾ ਵੀ ਲੁੱਟਿਆ, ਲੇਕਿਨ ਫਿਰ ਵੀ ਸਾਡੇ ਅਸੀਂ ਆਜ਼ਾਦ ਜ਼ਰੂਰ ਹੋ ਗਏ ਇੰਡੀਆ ਦੇ ਵਿੱਚ, ਅਸੀਂ ਬਾਹਰਲੀਆਂ ਕੰਟਰੀਆਂ 'ਚ ਵੀ ਆ ਕੇ ਬਹਿ ਗਏ, ਅਮੈਰੀਕਾ 'ਚ ਬੈਠਿਆਂ ਨੂੰ 35 ਤੋਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਨੂੰ ਖੁਦ ਬੈਠੇ ਨੂੰ, ਲੇਕਿਨ ਆਹ ਜਿਹੜੀ ਗੱਲ ਸੀ ਸਾਨੂੰ ਹਾਲੇ ਤੱਕ ਵੀ ਇਹ ਸਾਡੀ ਪਬਲਿਕ ਨੂੰ ਸਮਝਾਉਣੀ ਔਖੀ ਹੋ ਚੁੱਕੀ ਆ, ਕਿਉਂਕਿ ਧਰਮਾਂ ਦੇ ਨੂੰ ਲੈ ਕੇ ਹਰ ਇੱਕ ਧਰਮ ਦੇ ਵਿੱਚ ਐਸੇ ਕੱਟੜ ਪ੍ਰਚਾਰਕ ਵਾੜ ਦਿੱਤੇ ਗਏ ਕਿ ਉਹ ਧਰਮਾਂ ਨੂੰ ਹੀ ਵੰਡੀ ਜਾ ਰਿਹਾ। ਕੋਈ ਪ੍ਰਚਾਰਕ ਮੈਨੂੰ ਇਸ ਤਰ੍ਹਾਂ ਦਾ ਨਹੀਂ ਮਿਲਿਆ ਕਿ ਜਿਹੜਾ ਕਵੇ ਕਿ ਕੋਈ ਗੱਲ ਨਹੀਂ, ਇਹ ਧਰਮ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਆਉਣਾ ਚਾਹੀਦਾ, ਜੋ ਹੁਣ ਇੱਕ ਕਿਸਾਨਾਂ ਨੇ ਕੀਤਾ ਕਿ ਹਰ ਜਾਤ ਤੋਂ, ਹਰ ਧਰਮ ਤੋਂ, ਹਰ ਚੀਜ਼ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਮੂਹਰੇ ਲੈ ਕੇ ਆਓ, ਨਾ ਕਿ ਅਸੀਂ ਇਸ ਗੱਲ 'ਤੇ ਲੜਦੇ ਰਹੀਏ ਕਿ ਅਸੀਂ ਸਿੱਖ ਹਾਂ, ਅਸੀਂ ਵਧੀਆ ਹਾਂ। ਕਈ ਬੰਦੇ ਐਸੇ ਜਿਹੇ ਵੀ ਮਿਲੇ ਨੇ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਲੇਕਿਨ ਉਹ ਦੂਸਰੇ ਬੰਦੇ ਨਾਲ ਹੱਥ ਨਹੀਂ ਮਿਲਾਉਂਦੇ ਕਿਉਂਕਿ ਉਹਨੇ ਅੰਮ੍ਰਿਤ ਨਹੀਂ ਛਕਿਆ। ਔਰ ਗੁਰੂ ਘਰਾਂ ਦੇ ਵਿੱਚ ਜਾ ਕੇ ਦੇਖਿਆ ਕਿ ਜਿਹੜੇ ਬੰਦੇ ਨੇ ਕੇਸ ਕੱਟੇ ਹੋਏ ਨੇ ਜਾਂ ਉਹ ਟਰਬਨ ਨਹੀਂ ਬੰਨਦਾ, ਉਹਨੂੰ ਕਹਿੰਦੇ ਤੂੰ ਸੇਵਾ ਨਹੀਂ ਕਰ ਸਕਦਾ। ਔਰ ਇਕੱਲਾ ਇੱਥੇ ਨਹੀਂ, ਮੈਂ ਮੰਦਰ ਵਿੱਚ ਵੀ ਜਾ ਕੇ ਦੇਖਿਆ, ਉਹ ਕਹਿੰਦੇ ਨੇ ਜੀ ਜੇ ਤੁਸੀਂ ਦੂਸਰੇ ਧਰਮਾਂ ਦੇ, ਤੁਹਾਨੂੰ ਮੰਦਰ ਵਿੱਚ ਇਜਾਜ਼ਤ ਨਹੀਂ, ਜਾਂ ਮੰਦਰ ਵਿੱਚ ਤੁਸੀਂ ਆਹ ਨਹੀਂ ਕਰ ਸਕਦੇ, ਜਾਂ ਮੰਦਰ ਵਿੱਚ ਇੱਦਾਂ ਨਹੀਂ ਹੋ ਸਕਦੀ। ਇਹ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਅਸੀਂ ਲੋਕ ਹਰ ਇੱਕ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜਨਾ ਜਾਂ ਤੋੜਨਾ, ਕਿਉਂਕਿ ਜਿਹੜੀਆਂ ਹੁਣ ਗੱਲਾਂ ਜੋ ਦੇਖਣ ਨੂੰ ਆ ਰਹੀਆਂ ਉਹ ਤਾਂ ਤੋੜਨੇ ਵਾਲੀਆਂ ਦੇਖਣ ਆ ਰਹੀਆਂ। ਜਿਹੜੇ ਸਿੱਖ ਪ੍ਰਚਾਰਕ ਨੇ ਉਹ ਤਾਂ 100% ਤੋੜਨ 'ਤੇ ਲੱਗੇ ਹੋਏ ਨੇ ਕਿ ਜੇ ਤੁਸੀਂ ਸਿੱਖ ਨਹੀਂ ਤਾਂ ਤੁਹਾਨੂੰ ਗੁਰਦੁਆਰੇ ਆਉਣ ਦਾ ਫਾਇਦਾ ਨਹੀਂ, ਤਾਂ ਕਿ ਜੋ ਸਾਡੇ ਗੁਰੂਆਂ ਨੇ ਕਿਹਾ 550 ਸਾਲ ਪਹਿਲੋਂ, ਗੁਰੂ ਨਾਨਕ ਦੇਵ ਜੀ ਕਹਿ ਗਏ ਕਿ ਇਨਸਾਨ ਪਹਿਲੋਂ ਔਰ ਉਹਦੀ ਜਾਤੀ ਬਾਅਦ, ਜੋ ਉਹ ਬਾਅਦ ਵਿੱਚ, ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ, ਇਹ ਸਮਝਾ ਕੇ ਗਏ। ਲੇਕਿਨ
ਹੁਣ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਪੂਰਾ 100% ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਹੀ ਮੈਨੂੰ ਲੱਗਦਾ ਕਿ ਇਹ ਸਾਬਤ ਕਰ ਦੇਣਾ ਕਿ ਉਹ ਗਲਤ ਕਹਿ ਗਏ ਜਿਹੜੇ ਹਾਲਾਤ ਚੱਲ ਰਹੇ ਨੇ। ਮੈਂ ਇਸ ਕਰਕੇ ਵਿਸ਼ਾ ਜ਼ਿਆਦਾ ਕਿਸੇ 'ਤੇ ਨਹੀਂ ਲਾਉਂਦਾ ਕਿ ਮੇਰੇ ਹਿੰਦੂ ਵੀਰ ਗਲਤ ਨੇ ਜਾਂ ਸਿੱਖ ਵੀਰ ਗਲਤ ਨੇ ਜਾਂ ਮੁਸਲਮਾਨ ਗਲਤ ਨੇ ਜਾਂ ਜੈਨੀ ਬੁੱਧਾ ਜਾਂ ਈਸਾ ਮਸਾਈ ਵਾਲੇ, ਸਾਰੇ ਹੀ ਸਹੀ ਨੇ। ਲੇਕਿਨ ਆਪਣੇ ਜਿਹੜੇ ਪ੍ਰਚਾਰਕ ਆ ਉਹਨਾਂ 'ਤੇ ਜ਼ਰੂਰ ਜ਼ੋਰ ਦਿਓ ਔਰ ਉਹਨਾਂ ਤੋਂ ਇੱਥੇ ਕੋਸ਼ਿਸ਼ ਕਰੋ ਕਿ ਉਹਨਾਂ ਦਾ ਜਿਹੜਾ ਪ੍ਰਚਾਰ ਹੈ ਉਹ ਕਿਸੇ ਬੇਸ 'ਤੇ ਹੋਵੇ, ਜਾਂ ਕਿ ਵੈਸੇ ਹੀ ਨਹੀਂ ਕਿ ਇੱਧਰੋਂ ਫੜ ਕੇ ਇੱਧਰ ਛੱਡ ਦਿਓ, ਇੱਧਰੋਂ ਲਾ ਕੇ ਇੱਧਰ ਛੱਡ ਦਿਓ, ਕਿ ਉਹਨਾਂ ਦੇ ਗੱਲ ਜਿਹੜੀ ਗੱਲ ਕਰ ਰਹੇ ਉਹਦੀ ਕੋਈ ਸੈਂਸ ਬਣਦੀ ਹੋਵੇ, ਕਿ ਜੋ ਅਸੀਂ ਧਰਮ ਦੀ ਗੱਲ ਕਰ ਰਹੇ ਹਾਂ। ਕੋਈ ਵੀ ਐਸਾ ਧਰਮ ਨਹੀਂ ਹੈ ਦੁਨੀਆ 'ਤੇ ਕਿ ਜਿਹੜਾ ਕਿਸੇ ਨੂੰ ਸਿਖਾਉਂਦਾ ਕਿ ਇਸ ਧਰਮ ਨੂੰ ਬੰਦੇ ਨੂੰ ਤੋੜਿਆ ਜਾਵੇ ਜਾਂ ਆਹ ਧਰਮ ਵਧੀਆ ਹੈ ਜਾਂ ਆਹ ਧਰਮ। ਸਾਰੇ ਧਰਮ ਇਹੀ ਸਿਖਾਉਂਦੇ ਨੇ ਕਿ ਆਪਣੇ ਹੱਕ ਸੱਚ ਦੀ ਕਮਾਈ ਕਰੋ ਔਰ ਜਿਸ ਨੂੰ ਜ਼ਰੂਰਤ ਹੈ ਉੱਥੇ ਉਹਦੀ ਹੈਲਪ ਕਰੋ ਔਰ ਕਿਸੇ ਦਾ ਦਿਲ ਨਾ ਦਿਖਾਓ। ਹਰ ਇੱਕ ਗੀਤਾ ਦੇ ਵਿੱਚ ਕੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ, ਤੁਸੀਂ ਬਾਈਬਲ ਪੜ੍ਹ ਲਓ, ਜਿਹੜਾ ਵੀ ਪੜ੍ਹ ਲਓ, ਉੱਥੇ ਇਹੀ ਲਿਖਿਆ ਗਿਆ ਕਿ ਤੁਸੀਂ, ਤੁਹਾਨੂੰ ਕਿਸੇ ਵੀ ਇਨਸਾਨ ਨੂੰ ਕੋਈ ਰਾਈਟ ਨਹੀਂ ਹੈ ਕਿ ਦੂਸਰੇ ਬੰਦੇ ਨੂੰ ਤੁਸੀਂ ਤੰਗ ਕਰਨਾ ਜਾਂ ਦੂਸਰੇ ਬੰਦੇ ਦਾ ਜੋ ਹੈ ਕਮਾਈ ਹੈ ਉਹ ਤੁਸੀਂ ਹੜੱਪਣੀ, ਜਾਂ ਜੋ ਅਗਲੇ ਬੰਦੇ ਦਾ ਲਹੂ ਪੀਣਾ ਜਾਂ ਕਿਸੇ ਨੂੰ ਇੰਨਾ ਕੁ ਦੁਖੀ ਕਰ ਦੇਣਾ ਕਿ ਉਹ ਦੁਖੀ ਹੋ ਕੇ ਇਸ ਦੁਨੀਆਂ ਤੋਂ ਵੀ ਆਪਣਾ ਜਾਨ ਗਵਾਉਣ ਤੱਕ ਵੀ ਆ ਜਾਂਦੇ ਨੇ ਲੋਕ। ਮੈਂ ਫਿਰ ਵਾਪਸ ਉਸ ਗੱਲ 'ਤੇ ਆਉਂਦਾ ਜਿਹੜੇ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਕਿ ਜੋ ਇਹ ਧਰਮਾਂ ਦਾ ਮੁੱਦਾ ਹੈ, ਮੈਂ ਕਹੂੰਗਾ ਕਿ ਇਸ ਜਸ ਟੀਵੀ ਦੇ ਮਾਧਿਅਮ ਰਾਹੀਂ ਕਿ ਜੋ ਧਰਮਾਂ ਦਾ ਮੁੱਦਾ ਹੈ ਇਹ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੇ ਨਾਲ ਜੁੜੀਏ, ਇੱਕ ਇਨਸਾਨ ਬਣੀਏ, ਨਾ ਕਿ ਹਵਾਨ ਬਣੀਏ, ਹਵਾਨੀਅਤ ਤੋਂ ਪਰੇ ਹੋਈਏ, ਇੱਕ ਇਨਸਾਨ ਬਣੀਏ। ਧਰਮ ਕੋਈ ਵੀ ਹੈ, ਹਰ ਇੱਕ ਧਰਮ ਦੀ ਮੈਂ ਚਾਹੂੰਗਾ ਕਿ ਹਰ ਇੱਕ ਧਰਮ ਦੀ ਇੱਜ਼ਤ ਕਰੋ। ਜਿਹੜਾ ਵੀ ਬੰਦਾ ਹਿੰਦੂ ਧਰਮ ਨੂੰ ਮੰਨਦਾ ਹੈ ਉਹਨੂੰ ਪੂਰੇ ਰਾਈਟ ਨੇ, ਉਹਨੂੰ ਖੁੱਲ੍ਹੀ ਛੁੱਟੀ ਹੈ ਕਿ ਉਹ ਹਿੰਦੂ ਧਰਮ ਨੂੰ ਮੰਨੇ। ਜਿਹੜਾ ਬੰਦਾ ਸਿੱਖ ਧਰਮ ਨੂੰ ਮੰਨਦਾ ਉਹਨੂੰ ਫੁੱਲ ਰਾਈਟ ਨੇ ਕਿ ਉਹ ਸਿੱਖ ਧਰਮ ਨੂੰ ਮੰਨੇ, ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਲੇਕਿਨ ਹਾਂ, ਹਰ ਇੱਕ ਧਰਮ ਨੂੰ ਜੋ ਕ੍ਰਿਟੀਸਾਈਜ਼ ਕਰਨਾ ਉਹ ਬਹੁਤ ਮਾੜੀ ਗੱਲ ਹੈ ਕਿ ਜਿਹੜੇ ਕਈ ਕੱਟੜ ਵੀਰ ਨੇ ਉਹ ਇੱਕ ਦੂਸਰੇ ਧਰਮਾਂ ਨੂੰ ਸਿਰਫ ਇੱਕ ਥੋੜ੍ਹੀ ਜਿਹੀ ਪ੍ਰਧਾਨਗੀ ਲੈਣ ਕਰਕੇ ਜਾਂ ਆਪਣੀ ਵਾਹਵਾ ਕਰਾਉਣ ਲਈ ਉਹ ਧਰਮਾਂ ਨੂੰ ਹੀ ਪਾੜੀ ਜਾਂਦੇ ਨੇ। ਬੜੀ ਹੀ ਮਾੜੀ ਗੱਲ ਹੈ ਕਿ ਇੱਕ ਸਿੱਖ ਵੀਰ ਹਿੰਦੂਆਂ ਨੂੰ ਮਾੜਾ ਦੱਸੀ ਜਾਂਦਾ ਔਰ ਹਿੰਦੂ ਵੀਰ ਸਿੱਖਾਂ ਨੂੰ ਮਾੜਾ ਦੱਸੀ ਜਾਂਦਾ, ਬਾਲਾਂਕਿ ਦੋਨੇ ਕਿਸੇ ਤੋਂ ਘੱਟ ਨਹੀਂ ਜਿਹੜੇ ਇੱਕ ਦੂਜੇ ਨੂੰ ਮਾੜੇ ਦੱਸਦੇ। ਜਿਹੜੇ ਅਸਲੀ ਵਧੀਆ ਹਿੰਦੂ ਵੀਰ ਨੇ ਜਾਂ ਸਿੱਖ ਵੀਰ ਨੇ ਉਹ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਦੀ ਉਹਨਾਂ ਦੀ ਜ਼ੁਬਾਨ ਤੋਂ ਐਸਾ ਲਫ਼ਜ਼ ਨਹੀਂ ਸੁਣਨ ਨੂੰ ਮਿਲਦਾ ਕਿ ਆ ਫਲਾਨਾ ਧਰਮ ਮਾੜਾ। ਉਹ ਸਿਰਫ ਇਹੀ ਕਹਿੰਦੇ ਨੇ ਕਿ ਤੁਸੀਂ ਹਰ ਇੱਕ ਧਰਮ ਦੀ ਸਟੱਡੀ ਕਰੋ ਔਰ ਤੁਸੀਂ ਦੇਖੋ ਤੁਹਾਨੂੰ ਕਿਹੜਾ ਧਰਮ ਚੰਗਾ ਲੱਗਦਾ, ਤੁਸੀਂ ਉਸ ਧਰਮ ਨਾਲ ਜੁੜੋ। ਜੋ ਅੱਜ ਤੋਂ 550 ਸਾਲ ਪਹਿਲੋਂ ਸਾਡੇ ਬਾਬਾ ਨਾਨਕ ਜੀ ਕਹਿ ਕੇ ਗਏ ਸੀ, ਸਾਡੇ ਮਤਲਬ ਇਹ ਨਹੀਂ ਕਿ ਮੇਰੇ ਇਕੱਲੇ ਦੇ ਸੀ, ਪੂਰੀ ਦੁਨੀਆਂ ਨੂੰ ਨਹੀਂ ਇਹ ਸੰਦੇਸ਼ ਦਿੱਤਾ ਕਿ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਔਰ ਉਹਨਾਂ ਨੇ ਜਿਹੜੀਆਂ ਖੇਡਾਂ ਜਾਂ ਕੌਤਕਾਂ ਜਿਹਨਾਂ ਤੋਂ ਪਰੇ ਹਟਾਇਆ, ਅੱਜ ਅਸੀਂ ਉਹਨਾਂ ਗੱਲਾਂ ਦੇ ਵਿੱਚ ਬਿਲਕੁਲ ਹੀ 100% ਪੜੇ ਹੋਏ ਹਾਂ ਕਿ ਉਹਨਾਂ ਨੇ ਜੋ ਕਿਹਾ ਕਿ ਜੇ ਤੁਹਾਡਾ ਪਾਣੀ ਦਿੱਤਾ ਸੂਰਜ ਨੂੰ ਨਹੀਂ ਪਹੁੰਚ ਸਕਦਾ ਤਾਂ ਮੇਰਾ ਵੀ ਜ਼ਰੂਰ ਪਹੁੰਚੂਗਾ। ਗੱਲ ਇਹ ਸੀ ਕਿ ਜੋ ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾ ਲਿਆ, ਉਹਨਾਂ ਨੇ ਇਹ ਨਹੀਂ ਕਿਹਾ ਲੋਕਾਂ ਨੂੰ ਕਿ ਤੁਸੀਂ ਆਹ ਨਾ ਕਰੋ। ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਮਨ ਪੜੀਆਂ ਜਾਂ ਮਨ ਖਿਆਲੀ ਗੱਲਾਂ ਨੇ ਇਹ ਨਹੀਂ ਹੋ ਸਕਦੀਆਂ, ਇਹ ਝੂਠ ਨੇ। ਔਰ ਝੂਠ ਦੇ ਪਿੱਛੇ ਜੋ ਲੋਕ ਉਹਨਾਂ ਵੇਲਿਆਂ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਲੁੱਟਦੇ ਸੀ, ਉਹਨਾਂ ਨੇ ਸੰਦੇਸ਼ ਦਿੱਤਾ ਜਾ ਕੇ ਕਿ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ। ਔਰ ਜਿਹੜਾ ਹੁਣ ਵਿਵਾਦ ਚੱਲ ਰਿਹਾ ਉਹ ਮੈਨੂੰ ਲੱਗਦਾ ਕਿ ਜੇ ਇਸ ਟਾਈਮ ਦੇ ਵਿੱਚ ਬਾਬਾ ਨਾਨਕ ਸਾਹਿਬ ਹੁੰਦੇ ਤਾਂ ਸਾਡੇ ਕਈ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਗੱਲਾਂ 'ਚ ਝੂਠਾ ਕਰ ਦੇਣਾ ਸੀ, ਕਿਉਂਕਿ ਉਹਨਾਂ ਦੇ ਜਿਹੜੇ ਹੁਣ ਪ੍ਰਚਾਰ ਨੇ ਉਹਨਾਂ ਦੀ ਕੋਈ ਤੁਕ ਨਹੀਂ ਬਣਦੀ, ਕੋਈ ਸੈਂਸ ਨਹੀਂ ਬਣਦੀ, ਉਹ ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕੋਈ ਹਿਸਟਰੀ ਨਹੀਂ ਬਣਦੀ। ਜੇ ਹਿਸਟਰੀ ਨੂੰ ਫੋਲ ਕੇ ਦੇਖੋ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਉਹ ਸਟੇਜ 'ਤੇ ਬੋਲ ਜਾਂਦੇ ਨੇ ਲੇਕਿਨ ਉਹ ਹੁੰਦੀਆਂ ਹੀ ਨਹੀਂ, ਹਾਲਾਂਕਿ ਉਹ ਗੱਲਾਂ ਉਲਟ ਨਿਕਲਦੀਆਂ ਨੇ ਜਦੋਂ ਹਿਸਟਰੀ ਫੋਲਦੇ ਆ। ਪਰ ਉਹ ਬੰਦੇ ਫਿਰ ਵੀ ਉਸ ਸਟੇਜ 'ਤੇ ਖੜ ਕੇ ਗੱਲ ਕਰਨਗੇ। ਬਹੁਤ ਪ੍ਰਚਾਰਕ ਐਸੇ ਦੇਖੇ ਨੇ, ਗੁਰੂ ਘਰ ਦੇ ਵਿੱਚ ਦੇਖੇ ਨੇ ਕਿ ਗੱਲ ਹੋ ਰਹੀ ਹੈ ਜੀ ਮਾਇਆ ਦੀ, ਮਾਇਆ ਨਹੀਂ ਕਰਨ ਇਕੱਠੀ ਨਾ ਕਰੋ, ਮਾਇਆ ਦੇ ਪਿੱਛੇ ਨਾ ਭੱਜੋ, ਮਾਇਆ ਨੂੰ ਆਹ ਨਾ ਕਰੋ, ਅਤੇ ਜਦੋਂ ਜਾਣ ਲੱਗਦੇ ਨੇ ਜਿਹੜੇ ਪੈਸੇ ਉਹਨਾਂ ਸਾਹਮਣੇ ਪਏ ਹੁੰਦੇ ਨੇ ਉਹ ਚੁੱਕੇ ਬੜੀ ਆਰਾਮ ਨਾਲ ਜੇਬ 'ਚ ਪਾ ਲੈਂਦੇ ਨੇ, ਅਤੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਬਾਅਦ 'ਚ ਹੱਸ ਕੇ ਕਹਿੰਦੇ ਨੇ ਜੀ ਘਰ ਮਾਇਆ ਤੋਂ ਬਿਨਾਂ ਨਹੀਂ ਚੱਲਦਾ। ਜੇ ਕੋਈ ਪੁੱਛਣ ਵਾਲਾ ਹੋਵੇ ਕਿ ਜਿਹੜੀ ਮੇਰੇ ਸੰਗਤ ਬੈਠੀ ਆ ਜਿਹਨਾਂ ਦੀ ਮਾਇਆ ਲੈ ਕੇ ਜਾ ਰਹੇ ਹੋ, ਉਹਨਾਂ ਦੇ ਘਰ ਕਿਹੜੇ ਪੈਟਰੋਲ ਨਾਲ ਚੱਲਣੇ ਨੇ, ਉਹ ਵੀ ਮਾਇਆ ਦੇ ਨਾਲ ਹੀ ਚੱਲਣੇ ਨੇ। ਮਾਇਆ ਜਿਹੜੀ ਹੈ, ਮਾਇਆ ਵੀ ਕਿਤੇ ਜ਼ਰੂਰੀ ਹੈ, ਲੇਕਿਨ ਮਾਇਆ ਨੂੰ ਇਕੱਠਾ ਕਰਨ ਲਈ ਕਿਸੇ ਦਾ ਖੂਨ ਚੂਸਣਾ ਜਾਂ ਕਿਸੇ ਦਾ ਹੱਕ ਮਾਰਨਾ, ਮੈਂ ਚਾਹੂੰਗਾ ਕਿ ਉਹ ਜਿਹੜਾ ਆ ਉਹ ਗਲਤ ਰਸਤਾ ਹੈ। ਮਾਇਆ ਜ਼ਰੂਰੀ ਹੈ, ਕਈ ਵਸਤਾਂ ਨੇ ਜਿਹੜੀਆਂ ਮਾਇਆ ਨਾਲ ਹੀ ਚੱਲਦੀਆਂ ਨੇ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਉੱਥੇ ਆ ਕੇ ਦੋ ਰਾਏ ਇਹ ਹੋ ਜਾਂਦੀਆਂ ਕਿ ਅਸੀਂ ਧਰਮ ਨੂੰ ਜਿਹੜਾ ਹੈ ਯੂਜ਼ ਕਰਕੇ ਮਾਇਆ ਕਮਾਉਣੀ ਆ, ਜਾਂ ਅਸੀਂ ਧਰਮ ਦਾ ਗਲਤ ਪ੍ਰਚਾਰ ਕਰਕੇ ਆਪਣੀ ਵਾਹਵਾ ਕਮਾਉਣੀ ਆ।
ਜਾਂ ਅਸੀਂ ਉਸ ਧਰਮ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਅਸੀਂ ਇੱਕ ਗੁਰੂ ਘਰ ਦੇ ਪ੍ਰਧਾਨ ਬਣਨਾ, ਜਿਹੜਾ ਬਹੁਤ ਹੀ ਸਮੇਂ ਤੋਂ ਚੱਲਿਆ ਆ ਰਿਹਾ ਕਿ ਪ੍ਰਧਾਨ ਗੁਰੂ ਘਰ ਦਾ ਜਿਹਨੂੰ ਪ੍ਰਧਾਨ ਬਣਾ ਦਿਓ ਉਹਨੂੰ ਪ੍ਰਧਾਪ ਸਾਹਿਬ ਕਹਿਣ ਲੱਗ ਜਾਂਦੇ ਨੇ, ਅਤੇ ਉਹਨੂੰ ਪਤਾ ਨਹੀਂ ਕੀ ਹੋ ਜਾਂਦਾ ਕਿ ਉਹ ਬੰਦਾ ਕਹਿੰਦਾ ਵੀ ਮੇਰੇ ਤੋਂ ਉੱਪਰ ਦੀ ਕੋਈ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਉਹ ਤਾਂ ਹੀ ਕਹਿ ਰਿਹਾ ਕਿਉਂਕਿ ਮੈਂ ਖੁਦ ਦੇਖੀਆਂ ਨੇ, ਉਹ ਖੁਦ ਸੁਣੀਆਂ ਨੇ, ਔਰ ਇਹਨਾਂ ਨੂੰ ਮਹਿਸੂਸ ਕੀਤਾ ਕਿ ਇਹ ਜਿਹੜਾ ਧਰਮ ਦਾ ਫੰਡਾ ਹੈ, ਮੈਂ ਚਾਹੂੰਗਾ ਕਿ ਆਉਣ ਵਾਲੀ ਜਿਹੜੀ ਸਾਡੀ ਪਨੀਰੀ ਹੈ, ਜਿਹੜੇ ਮੇਰੇ ਬੱਚੇ ਨੇ ਜਾਂ ਉਹਨਾਂ ਦੇ ਬੱਚੇ ਹੋਣ, ਇਹ ਧਰਮ ਦੇ ਸੰਕਟ ਤੋਂ ਉਹ ਗਾਂਹ ਨਿਕਲ ਜਾਣ। ਉਹ ਗਾਂਹ ਨਿਕਲ ਕੇ ਹੀ ਕੁਛ ਕਰਨਗੇ ਜੇ ਅਸੀਂ ਇੱਥੇ ਹੀ ਫਸੇ ਰਹੇ। ਸਾਰੀ ਉਮਰ ਇਸੀ ਗੱਲ 'ਚ ਲੰਘ ਜਾਣੀ ਆ ਕਿ ਹਿੰਦੂ ਕੌਣ, ਸਿੱਖ ਕੌਣ, ਕੌਣ ਸੀ, ਕਿੱਦਾਂ ਹੋਈ। ਐਂਡ 'ਤੇ ਇਨਸਾਨ ਬਣੋ, ਇਨਸਾਨ ਬਣ ਕੇ ਇਨਸਾਨੀਅਤ ਨੂੰ ਥੋੜ੍ਹਾ ਨਿਗਾਹ ਮਾਰੋ ਕਿ ਅਸੀਂ ਜੋ ਇਨਸਾਨ ਆ ਇਨਸਾਨੀਅਤ ਤੌਰ 'ਤੇ ਅਸੀਂ ਕੀ ਕਰਨਾ ਹੈ। ਇਹ ਜ਼ਰੂਰੀ ਹੈ ਕਿ ਇੱਕ ਇਨਸਾਨ ਨੂੰ ਇਸ ਪਾਸੇ ਜਾਣਾ ਪੈਣਾ ਕਿ ਸਾਨੂੰ ਧਰਮਾਂ ਤੋਂ ਉੱਪਰ ਉੱਠ ਕੇ ਇਹ ਸੋਚਣਾ ਪੈਣਾ ਕਿ ਅਸੀਂ ਕਿੱਧਰ ਨੂੰ ਜਾਣਾ ਜਾਂ ਧਰਮ ਨੂੰ ਚੰਗਾ ਮਾੜਾ ਕਿਉਂ ਨਹੀਂ ਕਹਿਣਾ, ਤਾਂ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ ਇਹ ਦੱਸ ਸਕੀਏ ਕਿ ਜੇ ਸਿੱਖ ਧਰਮ ਹੈ, ਅੱਜ ਲੰਗਰ ਲਾਏ ਹੋਏ ਨੇ, ਜਿਹੜੇ ਦੇਖਣ ਨੂੰ ਮਿਲਿਆ ਕਿ ਆਕਸੀਜਨ ਦੇ ਲੰਗਰ ਲਾਏ ਹੋਏ ਨੇ, ਬਹੁਤ ਵਧੀਆ ਗੱਲ ਹੈ। ਇੱਕ ਬੜੀ ਮਾੜੀ ਗੱਲ ਇਹ ਹੈ ਕਿ ਇੱਕ ਪਾਸੇ ਇੱਕ ਬੰਦਾ ਲੰਗਰ ਲਾ ਰਿਹਾ, ਦੂਸਰੇ ਪਾਸੇ ਸਰਕਾਰ ਕਹਿੰਦੀ ਕਿ ਆਕਸੀਜਨ ਹੈ ਨਹੀਂ, ਅਤੇ ਤੀਸਰੇ ਪਾਸੇ ਉਹ ਆਮ ਸ਼ਰੇਆਮ ਦਿਖਾ ਰਿਹਾ ਕਿ ਅਸੀਂ ਬਲੈਕ ਲੈ ਕੇ ਆਕਸੀਜਨ ਲੋਕਾਂ 'ਚ ਵੰਡ ਰਹੇ ਹਾਂ। ਇੱਕ ਮੁਲਕ ਦੇ ਵਿੱਚ ਚਾਰ ਚਾਰ ਚੀਜ਼ਾਂ ਅਲੱਗ ਅਲੱਗ ਹੋ ਰਹੀਆਂ, ਉਹ ਸਿਰਫ ਇੱਕ ਦੂਸਰੇ ਧਰਮ ਨੂੰ ਉੱਚਾ ਨੀਵਾਂ ਦਿਖਾਉਣ ਲਈ ਕਿ ਇਕੱਲਾ ਸਿੱਖ ਧਰਮ ਹੀ ਹੈ ਜੀ ਜੋ ਲੰਗਰ ਆ ਰਿਹਾ। ਲੇਕਿਨ ਉਹਨਾਂ ਦੇ ਵਿੱਚ ਜਿਹੜੇ ਵਿਚਾਰ ਸੁਣਨ ਨੂੰ ਮਿਲੇ ਕਈ ਲੋਕਾਂ ਦੇ ਕਿ ਲੱਖਾਂ ਰੁਪਈਏ ਜਿਹੜੇ ਸੀ ਉਹ ਬਾਕੀ ਧਰਮਾਂ ਤੋਂ ਆਏ, ਜਿਹੜੇ ਲੋਕ ਦੇਖ ਕੇ ਉਹਨਾਂ ਨੂੰ ਚੈੱਕ ਲੈ ਕੇ ਦੇ ਗਿਆ, ਕੋਈ ਲੱਖ ਦੀ ਦੇ ਕੇ ਗਿਆ, ਕੋਈ 2 ਲੱਖ ਦੀ, ਕੋਈ ਕਿੰਨੇ ਲੱਖ ਦੀ। ਲੇਕਿਨ ਅਸੀਂ ਫਿਰ ਵੀ ਸਾਡੀ ਕੋਸ਼ਿਸ਼ ਇਹੀ ਲੱਗੀ ਹੋਈ ਆ ਕਿ ਅਸੀਂ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਹਾਂ ਅਸੀਂ ਉਹਨੂੰ ਹੀ ਚੰਗਾ ਕਹਿਣਾ, ਦੂਸਰਾ ਧਰਮ ਮਾੜਾ, ਸਾਡੇ ਵਾਲਾ ਚੰਗਾ ਆ। ਲੇਕਿਨ ਮੈਂ ਫਿਰ ਇਸ ਗੱਲ 'ਤੇ ਵਾਪਸ ਆਊਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਹੋਰ ਵੀ ਵਿਚਾਰਾਂ ਨੇ ਜਿਹੜੀਆਂ ਕਰੂੰਗਾ। ਮੇਰੀ ਖੁਦ ਦੀ ਇਹ ਮੰਨਣਾ ਹੈ ਕਿ ਤੁਸੀਂ ਕਿਸੇ ਵੀ ਧਰਮ ਨੂੰ ਕੋਈ ਕ੍ਰਿਟੀਸਾਈਜ਼ ਨਾ ਕਰੋ, ਆਪਣਾ ਧਰਮ ਜਿਹੜੇ ਵਿੱਚ ਤੁਸੀਂ ਸਿੱਖੀ ਦੇ ਵਿੱਚ ਬਿਲੀਵ ਕਰਦੇ ਹੋ ਉਸ ਧਰਮ ਨੂੰ ਸਟੱਡੀ ਕਰੋ, ਤਾਂ ਕਿ ਤੁਹਾਡੇ ਕੋਲ ਇੰਨੀ ਇਨਫੋਰਮੇਸ਼ਨ ਹੋਵੇ ਕਿ ਤੁਸੀਂ ਉਸ ਧਰਮ ਨੂੰ ਜੇ ਫਰੋਲਣਾ ਹੋਵੇ ਤਾਂ ਤੁਹਾਨੂੰ ਕੱਲ੍ਹ ਨੂੰ ਕੋਈ ਬੰਦਾ ਉਂਗਲੀ ਕਰਕੇ ਨਾ ਕਹਿ ਸਕੇ ਕਿ ਇਸ ਵੇਲੇ ਆਹ ਗੱਲ ਨਹੀਂ। ਆਪਾਂ ਇਸੇ ਤਰ੍ਹਾਂ ਗੱਲਾਂ ਦਾ ਜਿਹੜਾ ਸਿਲਸਿਲਾ ਜਾਰੀ ਰੱਖਾਂਗੇ, ਜਿਹੜਾ ਸਮਾਂ ਆ ਉਹ ਬਹੁਤ ਜਲਦੀ ਹੋ ਜਾਂਦਾ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਗੈਸਟ ਵੀ ਜੋੜਾਂਗੇ, ਗੱਲਾਂ ਕਰਾਂਗੇ। ਦਿਓ ਇੱਕ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹਾਜ਼ਰ ਹਾਂ ਇਹੀ ਗੱਲਾਂ ਦਾ ਸਿਲਸਿਲਾ ਲੈ ਕੇ ਕਿ ਆਪਾਂ ਅੱਜ ਅੱਜ ਦਾ ਜਿਹੜਾ ਮੇਨ ਵਿਸ਼ਾ ਹੈ ਉਹ ਆਪਾਂ ਆਪਣੇ ਧਰਮ 'ਤੇ, ਹਰ ਇੱਕ ਧਰਮ 'ਤੇ ਵਿਸ਼ਾ ਕਰਾਂਗੇ ਕਿ ਵਿਚਾਰ ਕਰਨੀ ਚਾਹੀਦੀ, ਵਿਚਾਰ ਜਿਹੜਾ ਇੱਕ ਹਥਿਆਰ ਹੈ। ਜੇ ਤੁਸੀਂ ਵੀ ਸਾਡੇ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਕਿਸੇ ਬਿਨਾਂ ਝਿਜਕ ਤੋਂ, ਆਪਣਾ ਜੇ ਵਿਚਾਰ ਦੱਸਣਾ ਚਾਹੁੰਦੇ ਹੋ ਕਿ ਹੋ ਸਕਦਾ ਮੈਂ ਵੀ ਗਲਤ ਹੋਵਾਂ, ਹੋ ਸਕਦਾ ਮੇਰੀ ਜਿਹੜੀ ਸੋਚ ਆ ਉਹ ਗਲਤ ਹੋਵੇ, ਜਾਂ ਜੋ ਮੈਂ ਸੋਚ ਰਿਹਾ ਮੈਂ ਅਲੱਗ ਤਰੀਕੇ ਨਾਲ ਸੋਚ ਰਿਹਾ, ਲੇਕਿਨ ਫਿਰ ਵੀ ਹੇਠ ਲਿਖੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਔਫ ਫਿਰ ਜਾ ਕੇ ਤੁਸੀਂ ਮੈਨੂੰ ਮੇਰੇ ਪਰਸਨਲ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, ਜਿਹੜਾ ਹੈ 317-538-5385। ਲੇਕਿਨ ਫਿਰ ਵੀ ਆਪਾਂ ਇਹ ਵਿਚਾਰ ਇਹੀ ਹੈ ਕਿ ਜੋ ਸਾਡੇ ਘਰ ਤੋਂ ਸ਼ੁਰੂਆਤ ਹੁੰਦੀ ਹੈ, ਜੋ ਸਾਡੇ ਮਾਂ ਪਿਓ ਹੁੰਦੇ ਨੇ ਅਸੀਂ ਉਹਨਾਂ ਨੂੰ ਦੇਖਦੇ ਹਾਂ, ਜਾਂ ਸਾਡੇ ਫਰੈਂਡਾਂ ਨੂੰ ਦੇਖਦੇ ਹਾਂ, ਅਤੇ ਇਹੀ ਗੱਲ ਜਿਹੜੀ ਹੈ। ਜੇ ਧਰਮ ਦੀ ਗੱਲ ਕਰੀਏ ਵਾਪਸ, ਜਿਹੜੀ ਗੱਲ ਪਹਿਲਾਂ ਕਰਦੇ ਸੀ ਕਿ ਧਰਮ ਦੇ ਜੋ ਪ੍ਰਚਾਰਕ ਨੇ, ਗੱਲ ਸਾਰੀ ਉਹਨਾਂ 'ਤੇ ਖੜੀ ਹੁੰਦੀ ਹੈ, ਹਰ ਇੱਕ ਬੰਦਾ ਉਹਨਾਂ ਨੂੰ ਸੁਣਦਾ, ਉਹ ਸੁਣ ਕੇ ਉਹ ਜੋ ਉਹਦੇ ਮਨ ਵਿੱਚ ਵਿਚਾਰ ਆਉਂਦੇ ਨੇ ਜਾਂ ਉਹ ਸੋਚਦਾ, ਉਹ ਸਾਰੀ ਗੱਲ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਅਤੇ ਆਓ ਆਪਣੇ ਨਾਲ ਇਸੇ ਤਰ੍ਹਾਂ ਆਪਣੇ ਲੋਕਲ ਗੁਰਿੰਦਰ ਸਿੰਘ ਜੀ ਖਾਲਸਾ ਨੂੰ ਆਪਾਂ ਸਵਾਗਤ ਕਹਿੰਦੇ ਹਾਂ। ਖਾਲਸਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜਸ ਜੀਵਿਤ ਜੀ। ਵਾਹ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਖਾਲਸਾ ਜੀ, ਜਿਹੜੀ ਸ਼ਾਇਦ ਤੁਸੀਂ ਇਹ ਮੇਰੀ ਗੱਲ ਸੁਣੀ ਵੀ ਹੋਵੇ ਜੋ ਕਰ ਰਿਹਾ ਸੀ, ਧਰਮਾਂ ਦੀ ਗੱਲ ਆਪਾਂ ਕਰ ਰਹੇ ਸੀ, ਇਹ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਤੁਸੀਂ ਵੀ ਕਾਫੀ ਵੱਖਰੇ ਵੱਖਰੇ ਧਰਮਾਂ ਨਾਲ ਵੀ ਵਿਚਰਦੇ ਹੋ, ਪੋਲੀਟੀਕਲ 'ਚ ਵੀ ਜਾਂਦੇ ਹੋ, ਕਿ ਇਹ ਕੀ ਕੀੜਾ ਹੈ ਜਿਹੜਾ ਇੱਕ ਧਰਮ ਦੂਸਰੇ ਧਰਮ ਨੂੰ ਮਾੜਾ ਕਹਿ ਰਿਹਾ? ਦੇਖੋ, ਪਹਿਲਾਂ ਤਾਂ ਆਪਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਕਿ ਜਿਹੜਾ ਧਰਮ ਹੈ, ਚਾਹੇ ਜਿੰਨੇ ਵੀ ਧਰਮ ਨੇ, ਉਹ ਇੱਕ ਵਹੀਕਲ ਨੇ, ਉਹ ਇੱਕ ਤੁਹਾਡਾ ਇੱਕ ਵਹੀਕਲ ਹੈ ਟੂ ਬੀ ਸਪਿਰਚੁਅਲ, ਤਾਂ ਕਿ ਪਰਮਾਤਮਾ ਦੇ ਨਾਲ ਤੁਹਾਡਾ ਮਿਲਾਪ ਹੋ ਜਾਵੇ। ਇਸ ਕਰਕੇ ਧਰਮ ਚਾਹੇ ਕੋਈ ਵੀ ਹੈ, ਨਾ ਕੋਈ ਚੰਗਾ ਹੈ, ਨਾ ਕੋਈ ਮਾੜਾ ਹੈ, ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ ਹੈ। ਹਰ ਇੱਕ ਧਰਮ ਦੇ ਜਿਹੜੇ ਪੈਗੰਬਰ ਹੋਏ ਨੇ, ਉਹਨਾਂ ਨੇ ਜੋ ਵੀ ਉਹਨਾਂ ਨੂੰ ਪਰਮਾਤਮਾ ਤੋਂ ਆਵਾਜ਼ ਹੋਈ ਜਾਂ ਜੋ ਵੀ ਉਹਨਾਂ ਨੂੰ ਇਲਹਾਮ ਹੋਇਆ ਪਰਮਾਤਮਾ ਤੋਂ, ਉਹ ਉਹਨਾਂ ਨੇ ਅੱਗੇ ਆਮ ਲੋਕਾਂ ਦੇ ਸਾਹਮਣੇ ਰੱਖਿਆ। ਲੇਕਿਨ
ਜਿਹੜੇ ਪੈਗੰਬਰ ਨੇ ਉਹਨਾਂ ਦਾ ਮੈਸੇਜ ਸਾਰਾ ਸਿਮਿਲਰ ਹੀ ਹੈ, ਚਾਹੇ ਉਹ ਮੁਹੰਮਦ ਸਾਹਿਬ ਨੇ, ਚਾਹੇ ਜੀਸਸ ਕ੍ਰਾਈਸਟ ਨੇ, ਚਾਹੇ ਉਹ ਇਬਰਾਹਿਮ ਨੇ, ਚਾਹੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਜਿੰਨੇ ਵੀ ਦੁਨੀਆ ਦੇ ਵਿੱਚ ਪੈਗੰਬਰ ਹੋਏ ਨੇ ਉਹਨਾਂ ਦਾ ਮੈਸੇਜ ਯੂਨੀਵਰਸਲ ਬ੍ਰਦਰਹੁੱਡ ਦਾ ਅਤੇ ਪਿਆਰ ਪਿਆਰ ਨਾਲ ਰਹਿਣਾ, ਲਵ ਐਂਡ ਕੰਪੈਸ਼ਨ, ਇਹੀ ਉਹਨਾਂ ਦਾ ਮੇਨ ਕੋਰ ਮੈਸੇਜ ਇਹੀ ਹੈ ਵੀ ਕਿਸ ਤਰ੍ਹਾਂ ਤੁਸੀਂ ਸੱਚੇ ਢੰਗ ਦੇ ਨਾਲ ਐਜ਼ ਏ ਹਿਊਮਨ ਬੀਂਗ ਰਹਿਣਾ। ਲੇਕਿਨ ਕੀ ਹੁੰਦਾ ਕਿ ਜਿਹੜੇ ਉਹਦੇ ਪਹਿਰੇਕਾਰ ਨੇ ਅੱਗੇ ਤੋਂ ਅੱਗੇ, ਚਾਹੇ ਉਹ ਪੋਲੀਟੀਸ਼ੀਅਨਸ ਨੇ ਜਾਂ ਜਿਹੜੇ ਪ੍ਰੀਸਟ ਨੇ ਜਾਂ ਖਾਸ ਕਰਕੇ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਜਿਹੜੇ ਆਪਾਂ ਉਹਨੂੰ ਬਾਬਾਵਾਦ ਕਹਿ ਦਿੰਦੇ ਹਾਂ, ਜਿਹੜੇ ਪ੍ਰਚਾਰਕ ਨੇ, ਉਹ ਕੀ ਹੁੰਦਾ ਕਿ ਉਹ ਪਹਿਲੀ ਗੱਲ ਤਾਂ ਉਹਨਾਂ ਦੀ ਹੁੰਦੀ ਹੈ ਕਿ ਉਹਨਾਂ ਸਾਰਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਨਾਂ ਦੇ ਇੱਕ ਪ੍ਰੋਪਰ ਲੈਵਲ ਅਲੱਗ ਅਲੱਗ ਨਹੀਂ, ਉਹਨਾਂ ਦਾ ਪ੍ਰੋਪਰ ਨਹੀਂ ਹੈਗਾ, ਹਰ ਇੱਕ ਦੀ ਆਪਣੇ ਆਪਣਾ ਲੈਵਲ ਹੈਗਾ। ਤੋ ਜਿੰਨੀ ਕੁ ਉਹਨਾਂ ਨੂੰ ਸਮਝ ਆਉਂਦੀ ਹੈ ਉਸ ਹਿਸਾਬ ਨਾਲ ਉਹ ਪ੍ਰਚਾਰ ਕਰਦੇ ਨੇ, ਔਰ ਪ੍ਰਚਾਰ ਕਰਨ ਦੇ ਟਾਈਮ ਵੀ ਉਹ ਇਹੀ ਧਿਆਨ ਰੱਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਜਿਹੜਾ ਲੌਜਿਕ ਹੈ ਅੱਗੇ ਰੱਖ ਕੇ ਲੋਕਾਂ ਨੂੰ ਇਨਫਲੂਐਂਸ ਕਰਕੇ ਤਾਂ ਕਿ ਵੱਧ ਤੋਂ ਵੱਧ ਆਪਣੇ ਉਹ ਜਿਹੜੇ ਉਹਨਾਂ ਦੇ ਮੰਨਣ ਵਾਲੇ ਨੇ ਜਾਂ ਉਹਨਾਂ ਦੇ ਸੁਣਨ ਵਾਲੇ ਨੇ ਜਾਂ ਉਹਨਾਂ ਦੇ ਫੋਲੋਅਰਸ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਮੇਨ ਜਿਹੜਾ PR ਏਜੰਡਾ ਲੱਗਾ ਹੁੰਦਾ। ਉਹਨਾਂ ਦਾ ਕੋਈ ਐਸਾ ਵੱਡਾ ਏਜੰਡਾ ਇਹ ਨਹੀਂ ਹੈਗਾ ਕਿ ਗੁਰੂ ਸਾਹਿਬ ਦੇ ਨਾਲ ਲਾਉਣਾ, ਖਾਸ ਕਰਕੇ ਆਪਣਾ ਜਿਹੜਾ ਪਿਛਲੇ 30 ਸਾਲਾਂ ਤੋਂ ਜਿਹੜਾ ਆਪਾਂ ਦੇਖਿਆ 25-30 ਸਾਲ ਦੇ ਅੰਦਰ ਅੰਦਰ ਮਤਲਬ ਇੰਡੀਆ 'ਚ ਜਾਂ ਇੱਥੇ ਜਿਹੜੇ ਵੀ ਕੋਈ ਬਾਬੇ ਆਉਂਦੇ ਨੇ ਉਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਆਪਣਾ ਤਰਕ ਬੁੱਧੀ ਦੇ ਨਾਲ ਉਹ ਆਪਣਾ ਜਿਹੜੀ ਸੰਗਤ ਹੈ ਉਹਨੂੰ ਨਾਲ ਲਾਉਣ। ਇੱਥੋਂ ਇਹ ਪਿਛਲੇ 25-30 ਸਾਲਾਂ ਤੋਂ ਇਹੀ ਮਤਲਬ ਰਿਜ਼ਲਟ ਨਿਕਲੇ ਨੇ ਕਿ ਬਹੁਤ ਸਾਰੇ ਜਿਹੜੇ ਇਹ ਪ੍ਰਚਾਰਕ ਨੇ ਉਹ ਗੁਰੂ ਨੂੰ ਤਾਂ ਮਨਵਾ ਰਹੇ ਨੇ ਪਰ ਗੁਰੂ ਦੀ ਨਹੀਂ ਮਨਵਾ ਰਹੇ, ਔਰ ਗੁਰੂ ਸਾਹਿਬ ਨੇ ਤਾਂ ਬੜਾ ਹੀ ਲਿਬਰਲ ਔਰ ਬਹੁਤ ਹੀ ਸਰਬ ਸਾਂਝੀ ਵਾਰਤਾ ਦਾ ਹਰ ਇੱਕ ਨੂੰ ਗਲਵੱਕੜੀ 'ਚ ਲੈਣ ਵਾਲਾ ਜਿਹੜਾ ਧਰਮ ਹੈ ਉਹ ਗੁਰੂ ਸਾਹਿਬ ਨੇ ਉਹਦਾ ਪਰਚਮ ਲਹਿਰਾਇਆ ਸੀਗਾ, ਕਿਉਂਕਿ ਹਿੰਦੁਸਤਾਨ ਜਿਹੜਾ ਸੀ ਉਹ ਜਾਤੀਵਾਦ 'ਚ ਵੰਡਿਆ ਸੀਗਾ, ਧਰਮ 'ਚ ਵੰਡਿਆ ਸੀਗਾ, ਅਲੱਗ ਅਲੱਗ ਨਸਲਾਂ 'ਚ ਵੰਡਿਆ ਸੀ, ਔਰ ਇਹਨੂੰ ਸਾਰਿਆਂ ਦੇ ਉੱਤੇ ਉੱਠ ਕੇ ਇੱਕ ਕੋਮਨ ਪਲੇਟਫਾਰਮ ਬਣਾਉਣ ਦਾ ਉਹਨਾਂ ਦਾ ਮਕਸਦ ਸੀਗਾ। ਔਰ ਜਿਹੜਾ ਹੁਣ ਪਰ ਹੌਲੀ 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 ਹੁਣੀ ਸਿੱਖੀ ਦੇ ਵਿੱਚ ਇੰਨੀ ਤੰਗਦਿਲੀ ਆ ਗਈ ਹੈ ਕਿ ਉਹ ਹੁਣ ਜਿਹੜਾ ਜਿਹੜੇ ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਕਿ ਜਿਹੜਾ ਅੰਮ੍ਰਿਤਧਾਰੀ ਨੇ ਉਹ ਗੈਰ ਅੰਮ੍ਰਿਤਧਾਰੀਆਂ ਦੇ ਨਾਲ ਨਹੀਂ ਮੇਲ ਮਿਲਾਪ ਕਰ ਰਹੇ, ਜਿਹੜੇ ਉਹ ਅੰਮ੍ਰਿਤ ਨਹੀਂ ਛਕਿਆ ਲੇਕਿਨ ਦਾੜੀ ਕੇਸ ਰੱਖੇ ਨੇ, ਉਹ ਦੂਜਿਆਂ ਨੂੰ ਸੋਚ ਰਹੇ ਨੇ ਵੀ ਦੂਜੇ ਅਜੇ ਪਤਾ ਨਹੀਂ ਕਿੱਥੇ ਪਿੱਛੇ ਰਹਿ ਗਏ ਨੇ ਅਤੇ ਅਸੀਂ ਕਿੱਥੇ ਅੱਗੇ ਚਲੇ ਗਏ ਹਾਂ। ਸੋ ਮਤਲਬ ਇਹ ਸਾਰਾ ਜਿਹੜਾ ਅਡੰਬਰ ਹੈ, ਸਾਰਾ ਰਿਚੁਅਲ ਹੈ, ਗੁਰੂ ਨੂੰ ਕਿਵੇਂ ਮੰਨਣਾ ਹੈ, ਉਹਨੂੰ ਕਿਵੇਂ ਉਹਦੀ ਸਾਂਭ ਸੰਭਾਲ ਰੱਖਣੀ ਹੈ, ਪਾਠ ਕਿਵੇਂ ਕਰਨਾ ਹੈ, ਮਤਲਬ ਗੁਰੂ ਉਹ ਸਾਰਾ ਜਿਹੜਾ ਵੀ ਆਪਾਂ ਰਿਚੁਅਲਸ ਕਹਿੰਦੇ ਹਾਂ ਉਹ ਤਾਂ ਹੈਗਾ, ਪਰ ਗੁਰੂ ਦੀ ਜਿਹੜੀ ਗੱਲ ਹੈ ਉਹਦੇ 'ਤੇ ਅਮਲ ਕਰਨਾ, ਉਹਦੇ 'ਤੇ ਜੀਵਨ ਜੀਣਾ, ਉਹ ਬਹੁਤ ਘੱਟ ਹੈਗਾ ਜੀ। ਖਾਲਸਾ ਜੀ, ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜਿਹੜਾ ਜਿੰਨੇ ਧਰਮ ਨੇ ਇਹ ਇੱਕ ਵਹੀਕਲ ਨੇ ਜਾਂ ਇੱਕ ਰਸਤਾ ਨੇ, ਇੱਕ ਰਸਤਾ, ਫਿਰ ਫਿਰ ਕਿਤੇ ਜਾ ਕੇ ਜਿਹੜੇ ਹਿੰਦੂ ਵੀ ਨੇ ਜਾਂ ਸਿੱਖ ਨੇ ਜਾਂ ਮੁਸਲਮਾਨ ਨੇ ਉਹ ਕਿਉਂ ਲੱਗੇ ਹੋਏ ਆ ਇਸ ਜ਼ੋਰਾਂ ਸ਼ੋਰਾਂ 'ਤੇ ਕਿ ਅਸੀਂ ਇਹਦੇ ਵਹੀਕਲ ਨੂੰ ਸਿੱਟ ਕੇ ਉਹਨੂੰ ਆਪਣੇ 'ਤੇ ਬਿਠਾ ਲਈਏ ਜਾਂ ਉਹਦਾ ਗਾਹ ਨਾ ਲੰਘ ਜਾਵੇ, ਸਾਡੇ ਵਾਲਾ ਪਹਿਲੋਂ ਪਹੁੰਚ ਜਾਵੇ। ਗੁਰੂ ਸਾਹਿਬ ਨੇ ਇਹ ਗੱਲ ਨਹੀਂ ਕੀਤੀ, ਕਿੱਥੇ ਜਾ ਕੇ ਫੇਲ ਹੋ ਰਿਹਾ ਕਿ ਇੱਕ ਪ੍ਰਧਾਨ ਗੁਰੂ ਘਰ ਦੇ ਪ੍ਰਧਾਨ ਬਣਨ ਲਈ ਅਸੀਂ ਹਰ ਕੋਈ ਹੱਥ ਖੰਡਾ ਅਪਣਾਉਣ ਨੂੰ ਤਿਆਰ ਹਾਂ ਕਿ ਪ੍ਰਧਾਨ ਮੈਨੂੰ ਬਣਾਓ ਕੁਛ ਵੀ ਕਰਕੇ। ਇੱਥੇ ਤੱਕ ਵੀ ਮੈਂ ਲੋਕ ਦੇਖੇ ਨੇ ਕਿ ਪਹਿਲੋਂ ਕਲੀਨ ਸ਼ੇਵ ਸੀ, ਉਹਨਾਂ ਨੂੰ ਕਿਹਾ ਗਿਆ ਪ੍ਰਧਾਨ ਬਣਾ ਦਿੰਦੇ ਹਾਂ ਤੁਸੀਂ ਦਾੜੀ ਰੱਖ ਲਓ, ਉਹ ਬੰਦਾ ਤਾਂ ਉਹੀ ਸੀ, ਇਨਸਾਨ ਵੀ ਉਹੀ ਸੀ। ਇੱਕ ਪ੍ਰਧਾਨ ਬਣਾਉਣ ਦੇ ਨਾਲ ਉਹਨੂੰ ਕੀ ਮਿਲਦਾ? ਜਿਹੜੇ ਗੁਰੂ ਘਰਾਂ ਦੇ ਵਿੱਚ ਜਾ ਕੇ ਦੇਖਿਆ ਕਿ ਜੇ ਜਦੋਂ ਮੈਂ ਪਹਿਲੋਂ ਕਲੀਨ ਸ਼ੇਵ ਸੀ ਉਦੋਂ ਸਾਨੂੰ ਹੋਰ ਨਿਗਾਰਾਂ ਦੇਖਿਆ ਜਾਂਦਾ ਸੀ, ਹੁਣ ਮੈਂ ਦਸਤਾਰ ਸਜਾਉਣੀ ਸ਼ੁਰੂ ਕਰ ਲਈ ਹੁਣ ਹੋਰ ਨਿਗਾਰਾਂ ਦੇਖਦੇ ਨੇ, ਬਹੁਤ ਵਧੀਆ ਜੀ ਬਹੁਤ ਵਧੀਆ, ਇਨਸਾਨ ਤਾਂ ਮੈਂ ਉਹੀ ਹਾਂ, ਮੇਰੀ ਸੋਚ ਵੀ ਉਹੀ ਆ, ਮੈਂ ਪਹਿਲੋਂ ਵੀ ਇਹੀ ਸੋਚਦਾ ਸੀ। ਜਿਹੜੇ ਪ੍ਰਚਾਰਕ ਆਉਂਦੇ ਨੇ ਦੇਖੋ ਕਿੱਡੀ ਮੰਦਭਾਗੀ ਗੱਲ ਆ ਕਿ ਪ੍ਰਚਾਰਕ ਜਿਹੜੇ ਨੇ ਉਹ ਕਿਹਨਾਂ ਨੂੰ ਪ੍ਰਚਾਰ ਕਰ ਰਿਹਾ? ਗੁਰੂ ਘਰ ਜਾ ਕੇ ਦੇਖੋ, ਕੋਈ ਇੰਜੀਨੀਅਰ ਆ, ਕੋਈ ਡਾਕਟਰ ਆ, ਕੋਈ ਦੋ ਸਟੋਰ ਚਲਾ ਰਿਹਾ, ਕੋਈ ਹੋਟਲ ਚਲਾ ਰਿਹਾ, ਹਰ ਕੋਈ ਬੰਦਾ ਪੜ੍ਹਿਆ ਲਿਖਿਆ ਮੂਹਰੇ ਬੈਠਾ, ਅਤੇ ਜਿਹੜਾ ਪ੍ਰਚਾਰਕ ਹੈ ਉਹ ਕੌਣ ਆ? ਉਹਦੀ ਕੋਈ ਡਿਗਰੀ ਬਾਰੇ ਸਾਨੂੰ ਕੁਛ ਨਹੀਂ ਪਤਾ ਕਿ ਪ੍ਰਚਾਰਕ ਦੀ ਡਿਗਰੀ ਕੀ ਹੈ, ਜਾਂ ਆਪਾਂ ਇਕੱਲੇ ਸਿੱਖਾਂ ਦੀ ਨਹੀਂ, ਹਿੰਦੂਆਂ ਦੇ ਪ੍ਰੀਸਟ ਲਾ ਲਓ ਜਾਂ ਗੋਰਿਆਂ ਦੇ ਕੀ ਪ੍ਰੀਸਟ ਨੇ, ਉਹਨਾਂ ਦੀ ਡਿਗਰੀ ਦੇਖੋ, ਡਿਗਰੀ ਕੋਈ ਨਹੀਂ ਹੈ। ਨਹੀਂ ਪਤਾ ਕੀ ਹੈਗਾ, ਜਿਹੜੀਆਂ ਕਿ ਜਿਹੜੀ ਜਿਹੜੇ ਜਿੰਨੇ ਕ੍ਰਿਸਚੈਨਿਟੀ ਹੈ ਨਾ, ਉਹਨਾਂ ਦੇ ਉੱਤੇ ਬੜਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪ੍ਰੀਸਟ ਬਣਨ ਦੀ, ਪ੍ਰਚਾਰਕ ਬਣਨ ਦੀ ਉਹਨਾਂ ਦੀ ਇੱਕ ਡਿਗਰੀ ਹੈ, ਉਹਨਾਂ ਦੇ ਉਹਨਾਂ ਨੂੰ ਫੁਲਫਿਲ ਕਰਨੀ ਪੈਂਦੀ। ਆਪਣੇ ਵੀ ਇੱਦਾਂ ਹੈਗਾ ਕਿ ਇੱਥੇ ਅਲੱਗ ਅਲੱਗ ਜਗ੍ਹਾ 'ਚ ਜਿਸ ਤਰ੍ਹਾਂ ਆਪਣਾ ਦਮਦਮੀ ਟਕਸਾਲ 'ਚ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਾਂ SGPC ਦਾ ਵੀ ਕੋਈ ਨਾ ਕੋਈ ਪ੍ਰੋਗਰਾਮ ਹੋਣਾ ਟ੍ਰੇਨਿੰਗ ਦੇਣ ਦਾ, ਆਈ ਐਮ ਨਾਟ ਅਵੇਅਰ ਆਫ ਦੈਟ। ਪਰ ਕੁਐਸਚਨ ਇਹ ਹੈਗਾ ਕਿ
ਜਿਹੜੇ ਜਿਹੜਾ ਆਪਣੇ ਕਮਿਊਨਿਟੀ ਦੇ ਵਿੱਚ ਆਪਾਂ ਆਪਣੇ ਤੋਂ ਸ਼ੁਰੂ ਕਰੀਏ। ਮੰਨ ਲਓ ਹੁਣ ਆਪਾਂ ਦੋਨੋਂ ਇੱਥੇ ਬੈਠੇ ਹਾਂ, ਹੈ ਨਾ, ਆਪਣੇ ਦੋ ਦੋ ਬੱਚੇ ਨੇ, ਆਪਾਂ ਚਾਹਿਆ ਵੀ ਆਪਣੇ ਬੱਚੇ ਜਿਹੜੇ ਨੇ ਪ੍ਰਚਾਰਕ ਬਣ। ਮੈਂ ਕਹਿੰਦਾ ਵੀ ਕਿਸੇ ਪਿੰਡ 'ਚ ਕਿਸੇ ਜ਼ਿਮੀਂਦਾਰ ਦੇ ਜੇ 5 ਬੱਚੇ ਵੀ ਨੇ ਨਾ, ਉਹ ਜ਼ਿਮੀਂਦਾਰ ਇਹ ਕਹਿੰਦਾ ਵੀ ਜ਼ਿਮੀਂਦਾਰ ਵੀ ਨਾ ਬਣ, ਉਹ ਕਹਿੰਦਾ ਵੀ ਇੱਕ ਬੱਚਾ ਤਾਂ ਮੇਰਾ ਅੱਲਾ ਅਫਸਰ ਬਣ ਜੇ ਪੁਲਿਸ 'ਚ, ਦੂਜਾ ਇੱਕ ਡੀਸੀ ਲੱਗ ਜੇ, ਕੋਈ SP ਲੱਗ ਜੇ, ਕੋਈ ਇੰਜੀਨੀਅਰ ਬਣ ਜੇ, ਕੋਈ ਡਾਕਟਰ ਬਣ ਜੇ। ਅਤੇ ਜਿਹੜਾ ਕੋਈ ਬੱਚਾ ਰਹਿ ਜਾਂਦਾ ਨਾ ਵੀ ਇਹ ਕੁਝ ਨਹੀਂ ਕਰਨ ਜੋਗਾ, ਉਹਨੂੰ ਕਹਿੰਦੇ ਵੀ ਯਾਰ ਤੂੰ ਖੇਤੀ ਕਰ, ਤੂੰ ਮਤਲਬ। ਅਤੇ ਜਿਹੜਾ ਖੇਤੀ ਵੀ ਨਹੀਂ ਕਰ ਸਕਦਾ, ਜਿਹੜਾ ਕੋਈ ਜਿਹਨੂੰ ਖੇਤੀ ਵੀ ਕਰਨ 'ਚ ਜਿਹੜਾ ਜਿਹੜਾ ਸਾਡਾ ਬੱਚਾ ਪਿੱਛੇ ਰਹਿ ਜਾਂਦਾ, ਇਹ ਕਹਿੰਦੇ ਵੀ ਨਕਾ ਲਾਇਆ ਫਲਾਣੇ ਕਿਲੇ 'ਚ, ਲਾ ਆਉਂਦਾ ਦੂਜੇ ਕਿਲੇ 'ਚ, ਉਹ ਕਹਿੰਦਾ ਯਾਰ ਇਹ ਤਾਂ ਖੇਤੀ ਵੀ ਨਹੀਂ ਕਰ ਸਕਦਾ। ਕਹਿੰਦੇ ਯਾਰ ਇਹ ਕੀ ਕਰੇਗਾ, ਇਹ ਤਾਂ ਵਿਚਾਰਾ, ਇਹਦਾ ਇਹ ਸਾਰੀ ਜ਼ਿੰਦਗੀ ਕੀ ਕਰੇਗਾ। ਉਹ ਕਹਿੰਦੇ ਯਾਰ ਭਾਈ ਜੀ ਕੋਲ ਭੇਜੋ, ਰੌਲ ਲਾਉਣਾ ਸਿੱਖ ਜਾਏਗਾ, ਚਲੋ ਰੋਟੀ ਕਮਾਉਣ ਜੋਗਾ ਤਾਂ ਹੋ ਜਾਏਗਾ। ਤੋ ਇਹ ਹਿਸਾਬ ਲਾਓ ਕਿ ਉਹੋ ਜਿਹੜੇ ਜਿਹੜਾ 5ਵਾਂ ਬੱਚਾ ਸੀ ਸਾਡਾ, ਮਤਲਬ 5 ਬੱਚਿਆਂ 'ਚੋਂ ਜਿਹੜਾ 5ਵਾਂ ਜਿਹੜਾ ਸਭ ਤੋਂ ਨਿਖੇਧ ਸੀ, ਜਿਹੜਾ ਖੇਤੀ ਵੀ ਨਹੀਂ ਸੀ ਕਰ ਸਕ ਰਿਹਾ, ਉਹਨੂੰ ਅਸੀਂ ਸੋਚਿਆ ਕਿ ਇਹਨੂੰ ਬਾਬਾ ਜੀ ਕੋਲ ਭੇਜੋ, ਰੌਲ ਲਾਉਣਾ ਸਿੱਖ ਜਾਏਗਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਬਹਿਣਾ ਗਾ, ਪਾਠ ਕਰਨਾ ਸਿੱਖ ਜਾਏਗਾ, ਅਤੇ ਚਲੋ ਇਹਦੇ 'ਚ ਇਹਨੂੰ ਇਹਦਾ ਰੋਟੀ ਪਾਣੀ ਚੱਲੇਗਾ। ਤੋ ਜਦੋਂ ਸਾਡੀ ਸੋਚ ਇਹ ਹੈ, ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੌਮ ਨੂੰ ਨਹੀਂ ਦੇ ਸਕਦੇ, ਚੈਰਿਟੀ ਬਿਗਿਨਸ ਐਂਡ ਹੋਮ। ਜੇ ਜਿੰਨੇ ਵੀ ਜੇ ਅਸੀਂ ਆਪਣੇ ਬੱਚੇ ਨੂੰ ਅਸੀਂ ਨਹੀਂ ਚਾਹੁੰਦੇ ਵੀ ਉਹ ਕੋਈ ਚੰਗੀ ਤਰ੍ਹਾਂ ਸਿੱਖੀ ਦੇ ਉੱਤੇ ਰਿਸਰਚ ਕਰਕੇ ਅਤੇ ਸਿੱਖ ਪ੍ਰਚਾਰਕ ਬਣੇ, ਤੋ ਇਸ ਤਰ੍ਹਾਂ ਦੂਜੇ ਵੀ ਨਹੀਂ ਚਾਹੁੰਦੇ। ਤੋ ਇਸ ਕਰਕੇ ਕਮੀ ਮੇਨ ਇਹੀ ਆਈ ਹੈ ਕਿ ਅਸੀਂ ਕਦੀ ਵੀ ਆਪਣੇ ਬੱਚਿਆਂ ਨੂੰ ਮਤਲਬ ਇਨਕਰੇਜ ਨਹੀਂ ਕੀਤਾ, ਉਹਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਕਿ ਤੁਸੀਂ ਪ੍ਰਚਾਰਕ ਬਣੋ, ਸਿੱਖੀ ਦੇ ਉੱਤੇ ਇਹਦੇ ਉੱਤੇ ਰਿਸਰਚ ਕਰੋ, ਇਹਦੇ ਥਿੰਕ ਟੈਂਕ ਬਣੋ। ਅਸੀਂ ਹਮੇਸ਼ਾ ਹੀ ਆਪਣੇ ਦੁਨਿਆਵੀ ਚੀਜ਼ਾਂ ਨਾਲ ਜੋੜਿਆ, ਔਰ ਜਿਸ ਤਰ੍ਹਾਂ ਅਸੀਂ ਹਾਂ ਇਸ ਤਰ੍ਹਾਂ ਸਾਰੀ ਦੁਨੀਆ। ਦੈਟ ਇਜ਼ ਦਾ ਮੇਨ ਰੀਜ਼ਨ ਬਿਹਾਈਂਡ ਦਿਸ। ਜੀ ਖਾਲਸਾ ਜੀ, ਇੱਕ ਗੱਲ ਤੁਹਾਨੂੰ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਆਪਾਂ ਵੈਸੇ ਔਰ ਏਅਰ ਵਰਲਡ, ਪੂਰੇ ਵਰਲਡ ਵਿੱਚ ਇਹ ਗੱਲ ਜਾ ਰਹੀ, ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਇੱਥੇ, ਤੁਸੀਂ ਬਿਲਕੁਲ ਗਲਤ ਹੋ ਕਿ ਜਿਹੜੇ ਆਪਣੇ ਬੱਚੇ ਆ, ਸਪੈਸ਼ਲੀ ਜਿਹੜੇ ਅਮੈਰੀਕਨ ਬੋਰਨ ਨੇ, ਉਹਨਾਂ ਨੇ ਇੰਨੀ ਸਟੱਡੀ ਕੀਤੀ ਹੋਈ ਹੈ ਸਿੱਖੀ ਬਾਰੇ, ਜਦੋਂ ਕੋਈ ਪ੍ਰਚਾਰਕ ਗੱਲ ਕਰਦਾ ਉਹ ਉਹਨਾਂ ਦੇ ਮੂੰਹ 'ਤੇ ਨਹੀਂ ਕਹਿੰਦੇ, ਲੇਕਿਨ ਘਰ ਆ ਕੇ ਸਾਨੂੰ ਕਹਿੰਦੇ ਨੇ ਡੈਡ ਉਹ ਬੰਦਾ ਝੂਠ ਬੋਲਦਾ, ਆਹ ਗੱਲ ਤਾਂ ਹੈ ਨਹੀਂ। ਇਹ ਸਾਡੇ ਪ੍ਰਚਾਰਕਾਂ ਨੂੰ ਸੋਚਣਾ ਪਊਗਾ ਕਿ ਜਿਹੜੀ ਉਹ ਗੱਲ ਕਰ ਰਹੇ ਨੇ। ਅੱਜ ਕੱਲ੍ਹ ਬੱਚੇ ਕੰਪਿਊਟਰ ਦੇ ਯੁੱਗ ਦੇ ਨਾਲ ਪੜ੍ਹ ਕੇ 2 ਮਿੰਟ ਦੇ ਵਿੱਚ ਦੱਸ ਦਿੰਦੇ ਨੇ, ਉਹ ਪ੍ਰਚਾਰਕ ਉਦੋਂ ਆਪਣੇ ਆਪ ਝੂਠਾ ਹੋ ਜਾਂਦਾ, ਲੇਕਿਨ ਉਹ ਨਹੀਂ ਮੰਨਣਾ ਚਾਹੁੰਦਾ, ਉਹ ਗੱਲ ਅਲੱਗ ਆ। ਲੇਕਿਨ ਹੁਣ ਜਿਹੜਾ ਪ੍ਰਚਾਰਕ ਉਹ ਸਟੇਜ 'ਤੇ ਜਾ ਕੇ ਬੋਲ ਰਿਹਾ, ਉਹ ਬੱਚੇ 2 ਮਿੰਟ ਲਾਉਂਦੇ ਨੇ ਫੋਨ ਤੋਂ ਉੱਥੇ ਬੈਠੇ ਬੈਠੇ, ਜਾਂ ਘਰ ਜਾ ਕੇ ਉਹਨਾਂ ਨੇ ਇੰਨੀ ਖੋਜ ਕੀਤੀ ਹੋਈ ਆ, ਜਾਂ ਕਿਸੇ ਫਰੈਂਡ ਨੂੰ ਕਾਲ ਕਰਕੇ ਉਹ ਸੱਚ ਦਾ ਪਤਾ ਕਰ ਲੈਂਦੇ ਨੇ। ਹੁਣ ਝੂਠਾ ਕੌਣ ਇੱਥੇ ਹੋ ਰਿਹਾ? ਜਿਹੜੇ ਪ੍ਰਚਾਰਕ ਨੇ, ਪ੍ਰਚਾਰਕ ਝੂਠੇ ਹੋ ਰਿਹਾ, ਚਾਹੇ ਉਹ ਹਿੰਦੂਆਂ ਦਾ ਪ੍ਰਚਾਰ ਕਰ ਰਿਹਾ, ਚਾਹੇ ਮੁਸਲਮਾਨਾਂ ਦਾ, ਚਾਹੇ ਸਿੱਖਾਂ ਦਾ, ਚਾਹੇ ਜੀਸਸ ਦਾ ਕਰ ਰਿਹਾ। ਜਦੋਂ ਵੀ ਗੱਲ ਜਾਂਦੀ, ਹੁਣ ਉਹ ਪੁਰਾਣਾ ਜ਼ਮਾਨਾ ਗਲਤ ਹੋ ਗਿਆ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜੇ ਤੁਸੀਂ ਸੋਚਦੇ ਆ ਕਿ ਤੁਹਾਡੀ ਬਹੁਤ ਬੁੱਧੀ ਵਧੀਆ ਆ, ਜਾਂ ਤੁਸੀਂ ਬਹੁਤ ਚਲਾਕ ਹੋ, ਤੁਸੀਂ ਪਬਲਿਕ ਨੂੰ ਪਿੱਛੇ ਲਾ ਲੈਣਾ, ਉਹ ਜ਼ਮਾਨਾ ਲੱਥ ਗਿਆ। ਉਹ ਜ਼ਮਾਨਾ ਉਦੋਂ ਸੀ ਜਦੋਂ ਲੋਕ ਬਹੁਤ ਘੱਟ ਪੜ੍ਹੇ ਲਿਖੇ ਸੀ। ਹੁਣ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਬੰਦਾ ਕੰਪਿਊਟਰ ਦਾ ਯੁੱਗ ਆ, ਕੰਪਿਊਟਰ ਚਲਾਉਣਾ ਜਾਣਦਾ। ਔਰ ਜੋ ਤੁਸੀਂ ਬੋਲ ਰਹੇ ਆ, ਜੋ ਮੈਂ ਸਟੇਟਮੈਂਟ ਦੇ ਰਿਹਾ, ਜੇ ਉਹ ਸੱਚੀ ਨਹੀਂ ਤਾਂ 5 ਮਿੰਟ ਲੱਗਦੇ ਨੇ ਜਾ ਕੇ, ਜਿਹਦਾ ਮਰਜ਼ੀ ਨਾ ਗੂਗਲ 'ਤੇ ਪਾਓ ਲੱਗ ਜਾਂਦਾ, ਜੇ ਗੂਗਲ 'ਤੇ ਪਾਓ ਗੁਰਿੰਦਰ ਸਿੰਘ ਖਾਲਸਾ, ਤੁਹਾਡੀ ਹਿਸਟਰੀ ਨਿਕਲ ਕੇ ਆ ਜਾਂਦੀ ਆ। ਹੁਣ ਝੂਠਾ ਇੱਥੇ ਕੌਣ ਹੋ ਰਿਹਾ? ਗੁਰੂ ਘਰ ਦਾ ਪ੍ਰਧਾਨ, ਸੈਕਟਰੀ ਅਤੇ ਜਿਹੜਾ ਪ੍ਰਚਾਰਕ, ਇਹ ਝੂਠੇ ਹੋ ਰਹੇ, ਕਿਉਂਕਿ 3 ਸਟੇਜ ਤੋਂ ਝੂਠ ਬੋਲ ਰਹੇ ਆ। ਇਹ ਗੱਲ ਜਿਹੜੀ ਕਹਿੰਦੇ ਉਹ ਪੂਰੀ ਨਹੀਂ ਹੁੰਦੀ, ਜਦੋਂ ਪੂਰੀ ਨਹੀਂ ਹੁੰਦੀ ਉਹ ਬੱਚੇ, ਇਸ ਕਰਕੇ ਕਾਫੀ ਬੱਚੇ ਜਿਹੜੇ ਸਿੱਖਾਂ ਦੇ ਸਪੈਸ਼ਲ, ਉਹ ਗੁਰੂ ਘਰਾਂ ਨਾਲੋਂ ਟੁੱਟ ਰਹੇ ਨੇ ਇਹਨਾਂ ਗੱਲਾਂ ਕਰਕੇ, ਕਿਉਂਕਿ ਉਹ ਜੋ ਸੁਣਦੇ ਨੇ, ਜਿਹੜੀਆਂ ਅਸੀਂ ਗੱਲਾਂ ਕਰਦੇ, ਉਹ ਕਹਿੰਦੇ ਆ ਤਾਂ ਹੈ ਹੀ ਨਹੀਂ ਸੀ। ਕਿਹੜੇ ਸੰਨ ਦੀ ਗੱਲ ਕਰਦਾ? ਕਈ ਸਿੱਖੀ ਦੇ ਇਤਿਹਾਸ ਨੇ ਜਿਹਨਾਂ ਦੀਆਂ ਡੇਟਾਂ ਹੀ ਨਹੀਂ ਮੈਚ ਕਰਦੀਆਂ। ਜੇ ਡੇਟਾਂ ਮੈਚ ਕਰੀਏ ਤਾਂ ਉਹ ਡੇਟਾਂ ਹੀ ਨਹੀਂ ਉਹਨਾਂ ਦੀਆਂ ਮੈਚ ਕਰਦੀਆਂ ਕਿ ਆਹ ਡੇਟ ਹੀ ਗਲਤ ਆ, ਵੀ ਜੇ ਤੁਸੀਂ ਇਸ ਸੰਨ ਦੀ ਗੱਲ ਕਰਦੇ ਹੋ ਪਿੱਛੇ ਨੂੰ ਜਾਓ ਤਾਂ ਆਹ। ਇਸ ਕਰਕੇ ਜਿਹੜਾ ਪਿੱਛੇ ਕਾਂਡ ਵਰਤਿਆ ਸੀ ਆਪਣੇ ਹਰਨੇਕ ਸਿੰਘ ਨੇਕੀ ਨਾਲ ਆਸਟ੍ਰੇਲੀਆ ਦੇ ਵਿੱਚ, ਉਹ ਵੀ ਉਹਦੀਆਂ ਕਈ ਡੇਟਾਂ ਮੈਂ ਸੁਣੀਆਂ ਸੀ। ਉਹ ਬੰਦਾ ਕਿਤੇ ਨਾ ਕਿਤੇ, ਹਾਂ ਉਹਦਾ ਬੋਲਣ ਦਾ ਤਰੀਕਾ ਅਲੱਗ ਸੀ ਕਿ ਹਰ ਇੱਕ ਦੀ ਜਿਹੜੀ ਸਟੇਟਮੈਂਟ ਉਹ ਅਲੱਗ ਹੋ ਸਕਦੀ ਆ, ਪਰ ਜਿਹੜੀਆਂ ਡੇਟਾਂ ਨੇ, ਮੈਂ ਕਹੂੰਗਾ ਵੀ ਇਹ ਸਪੈਸ਼ਲੀ ਸਿੱਖੀ ਇਤਿਹਾਸ ਨੂੰ, ਜੇ ਇਤਿਹਾਸ ਆਪਾਂ ਸੁਣਾਉਣਾ, ਜਾਂ ਮੇਰੇ ਹਿੰਦੂ ਵੀਰ ਨੇ ਜਾਂ ਮੁਸਲਮਾਨਾਂ ਦੇ ਨੇ, ਉਹਨਾਂ ਦੀ ਇੱਕ ਤਾਂ ਡੇਟਾਂ ਸਹੀ ਹੋਣੀਆਂ ਚਾਹੀਦੀਆਂ, ਦੂਜਾ ਜਿਹੜਾ ਇਤਿਹਾਸਕਾਰ ਦੱਸ ਰਿਹਾ ਉਹ ਜ਼ਰੂਰ, ਮੈਂ ਚਾਹੂੰਗਾ ਕਿ ਕਿਸੇ ਵੀ ਉਹ ਆਪ ਧਰਮ ਦਾ ਹੋਵੇ, ਲੇਕਿਨ ਉਹਦੀ ਐਜੂਕੇਸ਼ਨ ਉਸ ਧਰਮ ਬਾਰੇ ਇੰਨੀ ਹੋਣੀ ਚਾਹੀਦੀ ਕਿ ਉਹਦੀ ਡੇਟ ਜਿਹੜੀ ਆ, ਔਰ ਉਹਦੀ ਜਿਹੜੀ ਹਿਸਟਰੀ ਸੁਣਾਉਣ ਦਾ ਤਰੀਕਾ ਆ, ਜਾਂ ਉਹ ਜਿਹੜਾ ਲੌਜਿਕ ਯੂਜ਼ ਕਰ ਰਿਹਾ, ਉਹ ਮੋਰਲੇ ਨੂੰ ਵੀ ਸਮਝ ਆਵੇ। ਇਹ ਨਾ ਲੱਗੇ ਕਿ ਇਹ ਬੰਦੇ ਦਾ ਝੂਠ ਹੀ ਬੋਲੀ ਜਾਂਦਾ। ਤੁਸੀਂ ਗੱਲ ਕਰਦੇ ਆ 1700 ਦੀ, ਜਾਂ 1600 ਦੀ, ਜਾਂ 1500 ਦੇ ਵਿੱਚ, 1400 ਦੇ ਵਿੱਚ, ਤੁਸੀਂ ਜਦੋਂ ਵੀ ਲਾ ਲਓ, ਗੁਰੂ ਨਾਨਕ ਦੇਵ ਜੀ ਨੇ ਜਦੋਂ ਬੋਰਨ ਹੋਇਆ, ਉੱਥੇ ਵੀ ਕਈ ਵਿਵਾਦ ਹੈਗੇ ਨੇ।
ਕੋਈ ਲੋਕੀ ਉਹਨੂੰ ਇਸ ਤਰੀਕੇ ਨਾਲ ਦੱਸਦੇ ਨੇ, ਕੋਈ ਇਸ ਤਰੀਕੇ ਨਾਲ। ਦੱਸੋ ਜਿਹੜੀ ਕੌਮ ਦੇ ਵਿੱਚ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡੇ ਗੁਰੂਆਂ ਦੀ ਸੱਚਾਈ ਕੀ ਆ, ਉਹ ਅਸੀਂ ਇੱਕ ਆਪਣਾ ਪਲੇਟਫਾਰਮ ਨਹੀਂ ਬਣਾ ਸਕੇ ਜਾਂ ਅਸੀਂ ਇੱਕ ਇਤਿਹਾਸ ਲਿਖ ਕੇ ਹਰਿਮੰਦਰ ਸਾਹਿਬ 'ਚ ਨਹੀਂ ਰੱਖ ਸਕੇ ਕਿ ਆਹ ਜਿਹੜਾ ਤੁਸੀਂ ਆਹ ਹੀ ਸਿੱਖਣਾ ਅਤੇ ਆਹ ਹੀ ਪੜ੍ਹਾਉਣਾ, ਆਹ ਸੱਚਾਈ ਆ। ਜਿਹੜੇ ਕ੍ਰਿਸ਼ਨੈਟੀ ਵਾਲੇ ਜਿਹਨੇ ਕ੍ਰਿਸ਼ਚਨ ਨੇ ਉਹ ਸਾਰੇ ਇਹੀ ਕਰਦੇ ਨੇ ਕਿ ਆਹ ਇੱਦਾਂ ਇੱਦਾਂ ਹੋਈ ਸੀ। ਉਹਨਾਂ ਦਾ ਕਦੀ ਵੀ ਜਿਹੜਾ ਪ੍ਰਚਾਰ ਕਿਹਾ ਗਲਤ ਨਹੀਂ ਹੁੰਦਾ, ਪਰ ਜਿਹੜੀਆਂ ਗੱਲਾਂ ਬਾਤਾਂ ਨੇ ਖਾਲਸਾ ਜੀ ਇਹ ਨਹੀਂ ਮੁੱਕ ਸਕਦੀਆਂ, ਕਿਉਂਕਿ ਵਿਚਾਰ ਜਿਹੜੀ ਆ ਮੈਂ ਕਹੂੰਗਾ ਵੀ ਜ਼ਰੂਰ ਵਿਚਾਰ ਕਰਨੀ ਚਾਹੀਦੀ ਆ। ਵਿਚਾਰ ਇੱਕ ਹਥਿਆਰ ਆ, ਲੇਕਿਨ ਜਿਹੜਾ ਸਮਾਂ ਹੈ ਚੋਰੀ ਬ੍ਰੇਕ ਦਾ ਹੋ ਗਿਆ, ਆਪਾਂ ਬ੍ਰੇਕ ਲਵਾਂਗੇ, ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ ਪੇਸ਼ ਹੋ ਕੇ ਆਪਾਂ ਇਹੀ ਗੱਲ ਜ਼ਰੂਰ ਅੱਜ ਕਲੀਅਰ ਕਰਾਂਗੇ ਕਿ ਜਿਹੜਾ ਵੀ ਪ੍ਰਚਾਰਕ ਹੈ ਜਾਂ ਆਗੂ ਹੈ ਉਹਨੂੰ ਕਦੀ ਵੀ ਬਿਨਾਂ ਸਟੱਡੀ ਕਰਨ ਤੋਂ ਜਾਂ ਬਿਨਾਂ ਸੋਚੇ ਸਮਝੇ ਤੋਂ ਕੋਈ ਗੱਲ ਨਹੀਂ ਕਹਿਣੀ ਚਾਹੀਦੀ, ਕਿਉਂਕਿ ਉਸ ਗੱਲ ਦਾ ਬਹੁਤ ਹੀ ਵੱਡਾ ਅਸਰ ਹੁੰਦਾ। ਅੱਜ ਕੱਲ੍ਹ ਹਰ ਕੋਈ ਫੋਨ ਲੈ ਕੇ ਘੁੰਮ ਰਿਹਾ, ਹਰ ਇੱਕ ਦੇ ਕੋਲ ਰਿਕਾਰਡਿੰਗ ਡਿਵਾਈਸ ਆ, ਜੋ ਵੀ ਤੁਸੀਂ ਕਹਿ ਰਹੇ ਹੋ ਰਿਕਾਰਡ ਹੋ ਕੇ ਕਿਤੇ ਨਾ ਕਿਤੇ ਸਟੋਰੇਜ ਕੀਤੀ ਜਾਂਦੀ, ਅੱਗੇ ਪਿੱਛੇ ਤੁਹਾਨੂੰ ਪੁੱਛਿਆ ਵੀ ਜਾਊਗਾ। ਜੁੜੇ ਰਹੋ ਇਸੇ ਤਰ੍ਹਾਂ ਹੀ ਜਸ ਟੀਵੀ ਦੇ ਨਾਲ, ਜੇ ਤੁਹਾਡੇ ਕੋਲ ਵਿਚਾਰ ਹੈ ਜ਼ਰੂਰ ਸਾਨੂੰ ਕਾਲ ਕਰ ਦੱਸ ਰਹੇ ਹੋ, ਹਿੱਸਾ ਬਣ ਸਕਦੇ ਹੋ। ਤੋ ਇੱਕ ਬ੍ਰੇਕ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਨਿੱਘਾ ਸਵਾਗਤ ਹੈ ਸਾਰੇ ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ, ਕਿ ਆਪਾਂ ਗੱਲਬਾਤ ਇਸੀ ਜਾਰੀ ਰੱਖਣੀ ਕਿ ਧਰਮਾਂ ਦਾ ਅੱਜ ਜਿਹੜਾ ਧਰਮਾਂ 'ਤੇ ਲੈ ਕੇ ਜਿਹੜਾ ਵਿਵਾਦ ਫੈਲਾਇਆ ਜਾ ਰਿਹਾ, ਉਹਨਾਂ ਨੂੰ ਉਹ ਵਿਵਾਦ ਤੋਂ ਆਪਾਂ ਆਪਣੇ ਬੱਚਿਆਂ ਨੂੰ ਕੱਢਣਾ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਹੈ ਕਿ ਤੁਸੀਂ ਇੱਕ ਧਰਮ ਨੂੰ ਲੈ ਕੇ ਨਾ ਤਾਂ ਵੋਟਾਂ ਵੰਡਣੀਆਂ, ਨਾ ਧਰਮ ਨੂੰ ਲੈ ਕੇ ਰੋਟੀ ਵੰਡਣੀ ਆ, ਨਾ ਧਰਮ ਨੂੰ ਲੈ ਕੇ ਇਹ ਇਨਸਾਨ ਨੂੰ ਦੇਖਣਾ। ਤੁਸੀਂ ਹਰ ਇਨਸਾਨ ਨੂੰ, ਜੋ ਮੈਂ ਆਪਣੇ ਬੱਚਿਆਂ ਨੂੰ ਸਿਖਾਉਣਾ, ਮੈਂ ਕਹਾਂ ਕਿ ਤੁਸੀਂ ਵੀ ਜ਼ਰੂਰ ਜਿਹੜਾ ਵੀ ਕੋਈ ਇਸ ਵੇਲੇ ਸੁਣ ਰਿਹਾ, ਕਿ ਆਪਣੇ ਬੱਚਿਆਂ ਨੂੰ ਇੱਕ ਧਰਮ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਦੇ ਤੌਰ 'ਤੇ ਦੇਖੋ। ਅੱਜ ਸਾਡੇ ਨਾਲ ਜੁੜੇ ਹੋਏ ਨੇ ਗੁਰਿੰਦਰ ਸਿੰਘ ਜੀ ਖਾਲਸਾ, ਇੱਕ ਜਿਹੜਾ ਅਹਿਮ ਸਵਾਲ ਹੈ, ਮੈਂ ਜ਼ਰੂਰ ਉਹਨਾਂ ਤੋਂ ਪੁੱਛੂੰਗਾ, ਕਿਉਂਕਿ ਮੈਨੂੰ ਲੱਗਦਾ ਕਿ ਸਿੱਖੀ ਬਾਰੇ ਕਾਫੀ ਕੁਝ ਜਾਣਦੇ ਨੇ। ਮੇਰਾ ਅਹਿਮ ਸਵਾਲ ਹੈ ਖਾਲਸਾ ਜੀ, ਕਿ ਜੋ ਆਪਾਂ ਸਾਲਾਂ ਤੋਂ ਦੇਖਦੇ ਆ ਰਹੇ, ਹਰਿਮੰਦਰ ਸਾਹਿਬ ਜਾਂਦੇ ਹਾਂ ਆਪਾਂ, ਇਸ ਵਿਸ਼ੇ 'ਤੇ ਕਈ ਵਾਰੀ ਗੱਲ ਵੀ ਹੋਈ ਆ, ਲੋਕ ਕਹਿੰਦੇ ਜ਼ਰੂਰੀ ਚੁੱਪ ਕਰ ਜਾਓ ਜੀ, ਮੈਂ ਕਿਹਾ ਚੁੱਪ ਕਿਉਂ ਕਰੀਏ, ਜਾਂ ਸਾਨੂੰ ਕੁਐਸਚਨ ਹੈ, ਵਿਚਾਰ ਕਰਾਂਗੇ ਤਾਂ ਵਿਚਾਰ ਦੇ ਵਿੱਚੋਂ ਗੱਲ ਨਿਕਲੂਗੀ, ਹੋ ਸਕਦਾ ਤੁਹਾਡੇ ਵਿਚਾਰ ਅਲੱਗ ਹੋਣ, ਮੇਰੇ ਅਲੱਗ ਹੋਣ। ਆਪਾਂ ਜਦੋਂ ਵੀ ਹਰਿਮੰਦਰ ਸਾਹਿਬ ਜਾਂਦੇ, ਉੱਥੇ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੇ ਇੱਕ ਤਸਵੀਰ ਲਾਈ ਹੋਈ ਆ, ਜਾਂ ਜਿਹੜਾ ਪੇਂਟਿੰਗ ਲਾ ਲਓ, ਜਾਂ ਜਿਹੜਾ ਉਸ ਵੇਲੇ ਦਾ ਜੋ ਬੰਦਾ ਸੀ ਜੋ ਉਹਨੇ ਦੱਸਿਆ, ਜਾਂ ਇਤਿਹਾਸਕਾਰਾਂ ਨੇ ਜੋ ਦੱਸਿਆ, ਮੈਂ ਉਹਦੇ ਬਾਰੇ ਤੁਹਾਡੇ ਵਿਚਾਰ ਸੁਣਨੇ ਚਾਹੁੰਦਾ, ਕਿ ਜਿਹੜਾ ਕਿਹਾ ਜਾਂਦਾ ਕਿ ਸੀਸ ਤਲੀ 'ਤੇ ਰੱਖ ਕੇ ਉਹ ਇੰਨੀ ਦੂਰ ਤੱਕ ਲੜਦੇ ਗਏ, ਕੀ ਉਹ ਸੰਭਵ ਹੈ ਜਾਂ ਨਹੀਂ? ਦੇਖੋ ਇਹ ਜਿਹੜਾ ਤੁਹਾਡਾ ਕੁਐਸਚਨ ਹੈਗਾ ਇਹ ਬਹੁਤ ਹੀ ਦੇਖੋ ਕੀ ਹੁੰਦਾ ਇਹ ਕੁਐਸਚਨ ਤੋਂ ਆਨਸਰ ਤੋਂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਧਰਮ ਜਿਹੜਾ ਹੈ ਨਾ ਉਹ ਤਰਕ ਦਾ ਵਿਸ਼ਾ ਨਹੀਂ ਹੈ, ਧਰਮ ਜਿਹੜਾ ਉਹ ਆਸਥਾ ਦਾ ਵਿਸ਼ਾ। ਔਰ ਅੱਜ ਕੱਲ੍ਹ ਸਾਈਕੋਲੋਜੀ ਵੀ ਇਹ ਮੰਨਦੀ ਹੈ ਕਿ ਤੁਸੀਂ ਕੋਈ ਵੀ ਕੰਮ ਜੇ ਕਰਨਾ ਔਰ ਤੁਸੀਂ ਸੋਚਦੇ ਹੋ ਕਿ ਇਹ ਹੋ ਸਕਦਾ ਤਾਂ ਹੀ ਹੋ ਸਕਦਾ, ਅਤੇ ਜੇ ਤੁਸੀਂ ਕਹਿ ਕੋਈ ਕੰਮ ਕਰਨਾ ਤੁਸੀਂ ਸੋਚਦੇ ਵੀ ਨਹੀਂ ਹੋ ਸਕਦਾ ਤਾਂ ਇਹਦਾ ਮਤਲਬ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਕਿ ਹਿਊਮਨ ਸਾਈਕੋਲੋਜੀ ਜਿਹੜੀ ਹੈ ਉਹ ਇਸ ਚੀਜ਼ ਨੂੰ ਮੰਨਦੀ ਹੈ, ਸਾਇੰਸ ਵੀ ਇਨਸਾਨ ਮਤਲਬ ਕਿ ਜੋ ਸੋਚਦਾ ਵੀ ਇਹ ਹੋ ਮਤਲਬ ਕਿ ਜੋ ਉਹਨੂੰ ਜਿਸ 'ਤੇ ਕੌਨਫੀਡੈਂਸ ਹੁੰਦਾ ਜਿਸ ਚੀਜ਼ ਦੇ ਉੱਤੇ ਉਹੀ ਚੀਜ਼ ਹੋ ਸਕਦੀ ਹੈ, ਦੋਨੋਂ ਹੀ ਰਾਈਟ ਨੇ। ਤੋ ਇਸ ਕਰਕੇ ਧਰਮ ਜਿਹੜਾ ਇਹ ਆਸਥਾ ਦਾ ਵਿਸ਼ਾ ਹੈ, ਔਰ ਜਿੰਨਾ ਚਿਰ ਤੱਕ ਅਸੀਂ ਤਰਕ ਬੁੱਧੀ ਨਾਲ ਉਹਨੂੰ ਦੇਖਾਂਗੇ ਔਰ ਉਹਨਾਂ ਚਿਰ ਤੱਕ ਤਾਂ ਅਸੀਂ ਇਹਦੇ ਆਨਸਰ ਸਹੀ ਨਹੀਂ ਦੇ ਸਕਾਂਗੇ। ਪਰ ਜੇ ਅਸੀਂ ਉਸ ਲੈਵਲ ਤੱਕ ਜਿਸ ਅਵਸਥਾ ਤੱਕ ਦੇ ਵਿੱਚ ਮਤਲਬ ਕਿ ਬਾਬਾ ਦੀਪ ਸਿੰਘ ਜੀ ਪਹੁੰਚੇ ਸੀਗੇ, ਜੇ ਉਸ ਜਿਸ ਅਵਸਥਾ ਦੇ ਵਿੱਚ ਸੀਗੇ, ਉਸ ਅਵਸਥਾ ਦੇ ਵਿੱਚ ਉਹ ਲੜਦੇ ਹੋਏ ਉਸ ਉਮਰ ਦੇ ਵਿੱਚ ਕਿੰਨੇ ਕੁ ਪਰਮਾਤਮਾ ਨਾਲ ਜੁੜੇ ਸੀ, ਕਿੰਨੇ ਪਹੁੰਚੇ ਸੀ, ਅਤੇ ਜੇ ਅਸੀਂ ਉਹਨੂੰ ਵੇਖੀਏ ਅਤੇ ਜੇ ਉਸ ਹਿਸਾਬ ਨਾਲ ਆਪਾਂ ਜੇ ਆਪਣਾ ਜਿਹੜਾ ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ ਨੇ ਲਿਖਿਆ ਉਹਦੇ ਵਿੱਚ ਉਹਦੀ ਸਾਰੀ ਜੇ ਉਹਨੂੰ ਸਾਰਾ ਵਾਚੀਏ ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਬਾਈ ਕੁਛ ਵੀ ਪੋਸੀਬਲ ਹੈਗਾ। ਜੇ ਗੁਰੂ ਸਾਹਿਬ ਇਹ ਕਹਿੰਦਾ ਵੀ ਬਿਨ ਜੇ ਪ੍ਰਭਾਵ ਹੈ ਤਾਂ ਬਿਨ ਸਾਂਸ 'ਤੇ ਲਾ ਰੱਖੇ, ਜੇ ਪਰਮਾਤਮਾ ਬਿਨਾਂ ਸਾਹ ਤੋਂ ਵੀ ਰੱਖ ਸਕਦਾ ਤੇ ਪਰਮਾਤਮਾ ਇੰਨੀ ਸ਼ਕਤੀ ਵੀ ਦੇ ਦਿੰਦਾ ਕਿ ਤੁਸੀਂ ਜਿਹੜਾ ਮਤਲਬ ਕਿ ਸੀਸ ਜੇ ਲੱਥ ਜੇ ਉਹਨੂੰ ਚੱਕ ਕੇ ਦੁਬਾਰਾ ਫਿਰ ਲੜ ਸਕਦੇ ਹੋ, ਇਹ 'ਚ ਕੋਈ ਅਤਕਥਨੀ ਨਹੀਂ ਹੈਗੀ। ਪਰ ਇਹ ਅਵਸਥਾ ਕਿਵੇਂ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਹੀ ਜਾਣੇ, ਮਤਲਬ ਬ੍ਰਹਮ ਗਿਆਨੀ ਜਿਹੜਾ ਨਾ ਉਹੀ ਬ੍ਰਹਮ ਗਿਆਨ ਬਾਰੇ ਦੱਸ ਸਕਦਾ, ਅਸੀਂ ਨਹੀਂ ਦੱਸ ਸਕਦੇ ਕਿਉਂਕਿ ਨਾ ਅਸੀਂ ਉੱਥੇ ਪਹੁੰਚੇ ਹਾਂ, ਅਸੀਂ ਤਾਂ ਦੁਨਿਆਵੀ ਲੋਕ ਹਾਂ। ਅਸੀਂ ਤਾਂ ਸਿਰਫ ਇਹ ਹੈਗਾ ਕਿ
हमेशा ही अरदास करती है सचे पातशाह सानू अपने लड़ ला। तो भाई ये जड़ा इहदा आंसर है वह मेरे तो मेरे वस दा नहीं है, मेरे समझ तो बाहर है। पर मैं इस चीज़ में जरूर मानना वा कि जेरा बंदा परमात्मा नाल जुड़ जाता जे साडे गुरु साहब ने कहा भी परमात्मा तुहानू बिना साह तो भी रख सकता तो वह बिना तुहाडे शीस तो भी तुहानू जिंदा रख सकता। मैं इस चीज़ में ठीक है। तुम जरा जवाब से उन्होंने थोड़ा घुमा फिरा के जरूर ये दे रहे हैं जेडे प्रचार कर रहे हैं, लेकिन मैं जरूर ये गल मानता कि जी साइंस है हूँ वो जोड़े कोई बड़े बड़े हार्ट स्पैशलिस्ट डॉक्टर बने हुए ने नोरो सर्जन ने किडनी स्पैशलिस्ट ने काफ़ी मैं डॉक्टर जानता काफ़ी डूंघियाई तक इस पास जाके देखा ये संभव नहीं है कि इस तरह हो सकती है। हाँ हो सकता कि असी जदों इतिहास लिखा गया किसी बंदे ने शरारत की गई असी इतिहास ये भी कह सकते हैं कि एक इस उम्र का बजुर्ग जिहड़ा सी इन्नी जोर दे नाल लड़िया कि उहदी जिहड़ी अपने सीस सी वह कट्टण दे बावजूद भी उन्होंने इन्नी जोर ना फड़ के रख्या जां इह ते सर्च की जानी चाहिए है ताँ कि जदों असी बच्चों नूं इह गल दसदे हाँ वह ये गल मनण नूं तैयार नहीं एक सर्च की जाए। देखो बच्चे ता नहीं मानते हैं, देखो जेड़ा देखो जेड़ा धर्म का विषय स्पिरिचुअलिज्म का हैगा कोई तर्क विषय नहीं है। तर्क देखो जेड़ी साइंस मैं तुम्हें एक दसना चाहना वा मेरे हिसाब ना आई मे बी रोंग, जो कुदरत है और जो कुदरत कर सकती है या कुदरत जो वापर रहा साइंस तो हजे ਉਹਦਾ 1000% ਤੇ ਵੀ ਨਹੀਂ ਪਹੁੰਚ ਸਕੀ। ਮਤਲਬ ਸਾਇੰਸ ਤਾਂ ਅਜੇ ਇਜ਼ ਨਾਟ ਔਨ ਦਾ ਟਿਪ ਆਫ ਦੀ ਆਈਸਬਰਗ। ਤੁਹਾਨੂੰ ਛੋਟਾ ਜਿਹਾ ਹੁਣ ਇੱਕ ਹੋਰ ਵਿਸ਼ਾ ਦੱਸ ਦਈਏ ਕਿ ਸਾਡੇ ਉਹ ਇੱਥੇ ਸੰਧੂ ਸਾਹਿਬ ਨੇ ਆਪਣਾ ਸਾਡੇ ਚਾਚਾ ਜੀ ਨੇ ਅਤੇ ਉਹਨਾਂ ਦੇ ਇੱਕਦਮ ਬਲੋਕੇਜ ਹੋ ਗਈ 90%। ਆ ਪਿਛਲੇ ਹਫ਼ਤੇ ਹਜੇ ਉਹ ਹੋਸਪਿਟਲ 'ਚ ਨੇ ਉਹਨੂੰ ਬਲੋਕੇਜ ਹੋ ਗਈ 90% ਬਲੋਕੇਜ ਹੋ ਗਈ ਅਤੇ ਉੱਥੇ ਲੈ ਗਏ ਅਤੇ ਉਹ ਆਪਣਾ ਇੱਕ ਇੰਡੀਅਨ ਹੀ ਮੁੰਡਾ ਜਿਹੜਾ ਹੈ ਉੱਥੇ ਡਾਕਟਰ ਹੈ ਅਤੇ ਉਹ ਕਹਿੰਦਾ ਵੀ ਤੁਸੀਂ ਬਚ ਨਹੀਂ ਸੀ ਸਕਦੇ ਜਦੋਂ ਉਹਨਾਂ ਨੇ ਵੀ ਇੰਨੀ ਬਲੋਕੇਜ ਦੇ ਨਾਲ। ਫਿਰ ਉਹਨਾਂ ਨੇ ਦੇਖਿਆ ਕਹਿੰਦਾ ਬੜਾ ਰੇਅਰ ਹੈ ਕਿ ਕਈ ਲੱਖਾਂ 'ਚੋਂ ਕਿਸੇ ਇੱਕ ਦਾ ਇੱਦਾਂ ਹੁੰਦਾ ਕਿ ਜਦੋਂ ਇੰਨੀ ਜ਼ਿਆਦਾ ਬਲੋਕੇਜ ਹੋ ਜਾਂਦੀ ਹੈ ਅਤੇ ਉਹਨਾਂ ਜਿਹੜਾ ਸਿਸਟਮ ਹੈ ਸਾਡੇ ਨਾ ਸਾਡੀ ਬਾਡੀ ਆਪਣੇ ਆਪ ਹੀ ਛੋਟੀ ਜਿਹੀ ਬਾਈਪਾਸ ਲਿੰਕ ਬਣਾ ਲੈਂਦੀ ਹੈ ਇੱਕ ਮਤਲਬ ਕਿ ਉਹਦਾ ਨਾੜੀ ਦਾ ਖੂਨ ਵਾਸਤੇ। ਕਹਿੰਦੇ ਬੜਾ ਰੇਅਰ ਹੈ ਪਰ ਉਹਨਾਂ ਦੇ ਵੇਖ ਲਓ ਕਿ ਮਤਲਬ ਕਿ ਕਿਸੇ ਮਿਲੀਅਨਸ ਦੇ ਵਿੱਚੋਂ ਮਤਲਬ ਹਜ਼ਾਰਾਂ 'ਚੋਂ ਨਹੀਂ ਮਿਲੀਅਨ 'ਚੋਂ ਕਿਸੇ ਦਾ ਬਣਦਾ ਕਿ ਉਹਨਾਂ ਦਾ ਛੋਟਾ ਜਿਹੜਾ ਬਾਈਪਾਸ ਜਿਹੜੀ ਹੈ ਉਹਨਾਂ ਦੀ ਆਟੋਮੈਟਿਕਲੀ ਪਰਮਾਤਮਾ ਵੱਲੋਂ ਅੰਦਰੋਂ ਸਿਸਟਮ ਤੋਂ ਤੁਹਾਡੇ ਆਪਣੀ ਜਿਹੜੀ ਇਹ ਸਿਸਟਮ ਹੈ ਸਰੀਰ ਨੇ ਉਹਨੇ ਬਣਾ ਲਈ ਹੈ। ਤੋ ਇਸ ਕਰਕੇ ਜਿਹੜਾ ਵੀ ਸਾਇੰਸ ਜਿੱਥੋਂ ਤੱਕ ਪਹੁੰਚੀ ਹੈ ਤਾਂ ਅਜੇ ਪਾਸਕੂ ਵੀ ਨਹੀਂ ਹੈਗੀ, ਮਤਲਬ ਸਾਇੰਸ ਇਜ਼ ਨੋ ਵੇਅਰ। ਇਸ ਕਰਕੇ ਅਸੀਂ ਨਹੀਂ ਇਹ ਕਹਿ ਸਕਦੇ ਵੀ ਜੇ ਅੱਜ ਸਾਇੰਸ ਕਹਿ ਰਹੀ ਹੈ ਵੀ ਇੱਦਾਂ ਨਹੀਂ ਹੋ ਸਕਦਾ ਉੱਦਾਂ ਨਹੀਂ ਹੋ ਸਕਦਾ। ਇਹ ਮੇਰੇ ਹਿਸਾਬ ਨਾਲ ਤਾਂ ਦੇਖੋ ਇਹ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਭਾਈ ਹੁਣ ਮੇਰੇ ਇੱਕ ਇਗਜ਼ਾਮਪਲ ਦੇਣਾ, ਇੱਕ ਬੱਚਾ ਹੈ ਇੱਕ ਬੱਚੇ ਦੇ ਸਾਹਮਣੇ ਜਵਾਨ ਤੁਰੇ ਫਿਰਦੇ ਨੇ ਉਹਨੂੰ ਕੋਈ ਪਤਾ ਨਹੀਂ ਜਵਾਨੀ ਕੀ ਹੈ। ਇਹ ਤਨਸੀ ਮੁਸਕੀਨ ਦੱਸਦੇ ਨਾ ਵੀ ਬੱਚੇ ਨੂੰ ਜਵਾਨੀ ਦਾ ਨਹੀਂ ਪਤਾ, ਜਵਾਨ ਹੋ ਕੇ ਪਤਾ ਲੱਗਣਾ ਜਵਾਨੀ ਦੀਆਂ ਕੀ ਮੁਸੀਬਤਾਂ ਨੇ ਕੀ ਉਹਦੀਆਂ ਚੀਜ਼ਾਂ ਨੇ ਕੀ ਕਾਰਵਾਈਆਂ ਨੇ। ਬੱਚਾ ਔਰ ਜਵਾਨ ਜਿਹੜਾ ਉਹ ਉਹਨਾਂ ਦੇ ਸਾਹਮਣੇ ਸਾਡੇ ਬੁੱਢੇ ਬਜ਼ੁਰਗ ਬਹੁਤ ਤੁਰੇ ਫਿਰਦੇ ਨੇ ਲੇਕਿਨ ਬਜ਼ੁਰਗ ਹੋ ਕੇ ਪਤਾ ਲੱਗੇਗਾ ਕਿ ਬਜ਼ੁਰਗ ਕੀ ਹੈ। ਹੁਣ ਦੇਖ ਲਓ ਜਿੱਦਾਂ ਦੀ ਕਾਇਨਾਟ ਬਣੀ ਹੈ ਉਦੋਂ ਤੋਂ ਦੁਨੀਆ ਮਰ ਰਹੀ ਹੈ ਲੇਕਿਨ ਮਰਨਾ ਕਿਸੇ ਨੇ ਨਹੀਂ ਜਾਣਿਆ। ਮਰਨ ਤੋਂ ਬਾਅਦ ਕੀ ਹੁੰਦਾ ਕੋਈ ਬੰਦਾ ਨਹੀਂ ਦੱਸ ਸਕਿਆ ਔਰ ਮਰ ਕੇ ਹੀ ਪਤਾ ਲੱਗਦਾ ਵੀ ਬੰਦਾ ਬਈ ਮੌਤ ਕੀ ਹੈ ਉਹਨਾਂ ਚਿਰ ਨਹੀਂ ਪਤਾ ਲੱਗਦਾ। ਇਸ ਕਰਕੇ ਇਹ ਤਾਂ ਗੁੱਝੇ ਰਹੱਸ ਨੇ ਜਿਹੜੀ ਸਾਇੰਸ ਇਹ ਤਾਂ 1% ਵੀ ਨਹੀਂ ਹੈ ਤਾਂ ਅਜੇ ਪਾਸਕੂ ਵੀ ਨਹੀਂ ਪਹੁੰਚੀ ਜਿੱਥੋਂ ਤੱਕ ਮਤਲਬ ਕਿ ਪੈਗੰਬਰਾਂ ਨੇ ਜਾਂ ਜਿਹੜੇ ਜਿੰਨੇ ਵੀ ਪੈਗੰਬਰ ਹੋਏ ਨੇ ਕਿਸੇ ਵੀ ਧਰਮ ਦੇ ਵਿੱਚ ਉਹ ਬਹੁਤ ਉੱਤੇ ਦੀਆਂ ਗੱਲਾਂ ਨੇ। ਇਹ ਤਾਂ ਬੱਚੇ ਨੇ ਉਹ ਜੋ ਵੀ ਸਾਇੰਸ ਤਰਕ ਬੁੱਧੀ ਹੁੰਦੀ ਹੈ ਉਹਨੂੰ ਕਰਕੇ ਕਰਦੇ ਨੇ। ਮੈਂ ਤਾਂ ਦੇਖੋ ਤੁਸੀਂ ਉਹ ਛੋਣੇ ਸਹਿਮਤ, ਮੈਂ ਇਹਦੇ ਨਾਲ ਸਹਿਮਤ, ਮੈਂ ਤਾਂ ਇਸ ਚੀਜ਼ 'ਚ ਸਹਿਮਤ ਹੈਗਾ ਕਿ ਭਾਈ ਪਰਮਾਤਮਾ ਜਿਹੜਾ ਕੁਛ ਵੀ ਕਰ ਸਕਦਾ, ਸਾਨੂੰ ਉਹਦੀਆਂ ਗੁੱਝੀਆਂ ਰਜਮਾਂ ਦਾ ਹਜੇ ਕੋਈ ਪਤਾ ਨਹੀਂ ਜੀ। ਇਹ ਸੋਚ ਤੁਹਾਡੀ ਬਿਲਕੁਲ ਸਹੀ ਆ ਕਿ ਪਰਮਾਤਮਾ ਕੁਛ ਵੀ ਕਰ ਸਕਦਾ, ਲੇਕਿਨ ਕੁਛ ਚੀਜ਼ਾਂ ਨੇ ਜਿਹੜੀਆਂ ਹੁਣ ਦੇ ਜਿਹੜੇ ਬੱਚੇ ਨੇ ਉਹ ਜਦੋਂ ਕੁਐਸਚਨ ਕਰਦੇ ਨੇ ਉਹ ਆਪਾਂ ਨੂੰ ਵੀ ਪਤਾ ਆ ਕਿ ਉਹ ਸਹੀ ਆ। ਜਿਹੜਾ ਇੱਕ ਸਰੀਰ ਹੈ ਜਦੋਂ ਉਸਦੇ ਵਿੱਚੋਂ ਹਾਰਟ ਬੰਦ ਹੋ ਗਿਆ, ਮਤਲਬ ਜਿਹਨੂੰ ਅਸੀਂ ਕਹਿੰਦੇ ਸੋਲ ਨਿਕਲ ਗਈ, ਉਹ ਸੋਲ ਤੱਕ ਨਿਕਲੀ ਨਹੀਂ, ਉਹਦਾ ਹਾਰਟ ਬੰਦ ਹੋ ਗਿਆ, ਹੁਣ ਉਹ ਬਰੀਦ ਨਹੀਂ ਕਰ ਰਿਹਾ, ਬਰੀਦ ਨਹੀਂ ਕਰ ਰਿਹਾ, ਉਹ ਬੰਦੇ ਦੀ ਡੈਥ ਹੋ ਗਈ। ਫਿਰ ਜਦੋਂ ਡੈਥ ਹੋ ਜਾਂਦੀ ਆ ਅਸੀਂ ਉਹ ਤੋਂ ਕਿਉਂ ਭੱਜਦੇ ਹਾਂ? ਅਸੀਂ ਕਹਿੰਦੇ ਸੰਸਕਾਰ ਕਰ ਦਿਓ, ਸੰਸਕਾਰ ਕਰ ਦਿਓ, ਸੰਸਕਾਰ ਕਰ ਦਿਓ। ਜਿਹੜੇ ਨਹੀਂ ਸੰਸਕਾਰ ਕਰਦੇ ਉਹ ਕਹਿੰਦੇ ਜੀ ਇਹਨੂੰ ਜੋ ਵੀ ਉਹਨਾਂ ਦਾ ਧਰਮ ਦੇ ਅਨੁਸਾਰ ਹੈ ਉਹ ਕਰ ਦਿਓ। ਉਹ ਇੱਕ ਬੰਦਾ ਜਿਹਨੂੰ ਤੁਸੀਂ 40-50 ਸਾਲ ਕੋਲ ਰੱਖਿਆ ਹੁੰਦਾ, ਪਿਆਰ ਕੀਤਾ ਹੁੰਦਾ, ਉਹਨੂੰ ਕੀ 2 ਸਾਲ ਕਿਉਂ ਨਹੀਂ ਰੱਖ ਸਕਦੇ ਮਰਨ ਤੋਂ ਬਾਅਦ?
एक सवाल ने जिहड़े जदों असीं उहनां दे डंगियाई ते सोचदे हां, इह सिर्फ गुरु नानक साहब ने इह क्लीयर कीता सी अज तों 550 साल पहलों कि उहनां दा खुद दा पंडित बास सी जिहड़ा उह कह रहे सी उहनां नूं कि तुसीं अपने लोकां नूं लुट रहे हां, आह गल्लां झूठ ने, कोई नरक नहीं, कोई स्वर्ग नहीं, कोई मरना नहीं, सारा कुछ दुनिया ते इत्थे ही भोग के जाना। जिहड़ा मैं जरूर इस चैनल दे वादे होणा, जे किसे नूं कोई शक होवे जां किसे दा कोई विचार अलग होवे, आपां नंबर हेठ चल रहे ने वो कॉल कर सकते हैं। एक तुसीं क्या तर्क दे नाल विचार है, एक विचार करके जरूर पता लगेगा कि यह जिहड़ा नरक स्वर्ग सारा कुछ है वह बनाया गया एक दूसरे नूं डराउण दे लई, तां कि मैं किसे कोई डर पा के थोनू डरावा। जिहड़ा पहलो ब्राह्मण सी उहनां ने अपने लोगों नूं डराया, जिथे तक साड़ी सोच सोच जाती नवी पीढ़ी की सोच है, वह कह रहा कि तुसीं प्रधान बनने दे लई सानू डराउंदे हो, जे कल्ली बाणी पढ़नी है बाणी पढ़ो, बाणी पढ़ के जो गुरु साहब कह रहे वह करो, वह तो करते ही नहीं, बाणी हर रोज़ हर एतवार पढ़ हुंदी है, उहदा असर किते नहीं हुंदा। असर क्यों नहीं हुंदा मैनू ये खुद नहीं पता। एक कॉलर आ रहा, कॉलर जरूर लवेंगे जी, तुसीं ऑन एयर हो जी, जस टीवी धन्नवाद है जी तुहाडा। ਸਤਿ ਸ਼੍ਰੀ ਅਕਾਲ ਜੀ, ਆਪਣਾ ਸ਼ੋਅ ਚੱਲ ਰਿਹਾ, ਜਿੰਮੀ ਬਰਾੜ ਜੀ ਬੋਲ ਰਹੇ ਜੀ? ਜੀ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਟੋਰਾਂਟੋ ਤੋਂ ਮੋਲਕ ਸਿੰਘ। ਹਾਂ ਠੀਕ ਹੈ ਜੀ, ਆਪਣਾ ਪਿੰਡ ਆ ਪਿੱਛੋਂ ਕਿਹੜਾ, ਇੰਡੀਆ ਤੋਂ ਕਿਹੜਾ ਪਿੰਡ ਆ ਜੀ? ਹਾਂ ਕਲਾਂ ਪਿੰਡ ਆ ਜੀ ਮੇਰਾ, ਲੁਧਿਆਣੇ ਜ਼ਿਲ੍ਹੇ 'ਚ। ਠੀਕ ਹੈ ਜੀ, ਕੁਐਸਚਨ ਮੇਰੇ ਤੋਂ ਪੁੱਛਣਾ ਚਾਹੋਗੇ ਜਾਂ ਖਾਲਸਾ ਜੀ ਤੋਂ ਪੁੱਛਣਾ ਚਾਹੋਗੇ? ਨਹੀਂ, ਮੈਂ ਤੁਹਾਡੀ ਗੱਲ ਜਿਹੜੀ ਚੱਲ ਰਹੀ ਸੀ ਖਾਲਸਾ ਜੀ ਦੇ ਨਾਲ, ਮੈਂ ਉਹਦੀ ਗੱਲ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਸੀ ਕਿ ਵੀ ਜਿਹੜੇ ਕਹਿੰਦੇ ਵੀ ਆਪਣਾ ਬੱਚੇ ਮੰਨਦੇ ਨਹੀਂ ਜਾਂ ਸਾਇੰਸ ਦੇ ਵਿੱਚ ਤਰਕ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ। ਜ਼ਰੂਰ ਜ਼ਰੂਰ ਜੀ, ਸਾਇੰਸ ਦੇ ਵਿੱਚ ਹੀ ਇੱਕ ਡਾਕਟਰੀ ਭਾਸ਼ਾ ਦੇ ਵਿੱਚ ਪਲਸੇਬੋ ਇਫੈਕਟ ਕਹਿੰਦੇ ਨੇ, ਸ਼ਾਇਦ ਤੁਸੀਂ ਸੁਣਿਆ ਹੋਵੇ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਇੱਕ US ਦੇ ਵਿੱਚ ਬੰਦਾ ਜਿਹੜਾ ਡੈਥ ਰੋ ਦੇ ਵਿੱਚ ਸੀਗਾ, ਉਹਨੂੰ ਉਹਨਾਂ ਨੇ ਮਾਰਨਾ ਸੀਗਾ ਤੇ ਉਹਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਉਹਦੇ ਸਿਰਫ ਇੱਕ ਪਿੰਨ ਸੂਈ ਚ ਪਾਈ ਗਈ ਸੀ ਤੇ ਉਹਨੂੰ ਕਿਹਾ ਸੀਗਾ ਵੀ ਤੈਨੂੰ ਸੱਪ ਲੜਾਇਆ ਵਾ ਤੇ ਉਹਦੇ ਸਰੀਰ ਦੇ ਵਿੱਚ ਜ਼ਹਿਰ ਬਣ ਗਿਆ ਸੀ। ਦੈਟਸ ਕਾਲਡ ਪਲਸੇਬੋ ਇਫੈਕਟ ਜੀ ਜੀ। ਤੇ ਆਪਣੀ ਗੁਰਬਾਣੀ ਦੇ ਵਿੱਚ ਕਹਿੰਦੇ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜੀ ਗੁਰਬਾਣੀ ਆ ਉਹ ਪਲਸੇਬੋ ਇਫੈਕਟ ਨੂੰ ਦੂਸਰੇ ਵਰਡਾਂ ਦੇ ਵਿੱਚ, ਧਾਰਮਿਕ ਲਫ਼ਜ਼ਾਂ ਦੇ ਵਿੱਚ, ਮਨ ਤੂੰ ਜੋਤ ਸਰੂਪ ਹੈ, ਜੋਤ ਸਰੂਪ ਹੈ, ਪਰਮਾਤਮਾ ਦੀ ਜੋਤ ਆ, ਤੇਰਾ ਮੂਲ ਆ ਤੇ ਤੇਰੀ ਜਿਹੜੀ ਤਾਕਤ ਆ ਉਹ ਲਿਮਿਟਲੈਸ ਆ ਜੀ। ਜਦੋਂ ਇਹਨਾਂ ਗੱਲਾਂ ਨੂੰ ਤੁਸੀਂ ਦੇਖਦੇ ਹੋ ਨਾ, ਫਿਰ ਤੁਹਾਨੂੰ ਪਤਾ ਵੀ ਜਿਹੜੇ ਜੋ ਕੁਛ ਵੀ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਵਾ ਉਹ ਸਾਰਾ ਕੁਛ ਪੋਸੀਬਲ ਆ। ਤੇ ਜਿਹੜਾ ਸਾਇੰਸ ਦੇ ਕੋਲ ਸਾਰੀਆਂ ਚੀਜ਼ਾਂ ਦਾ ਜਵਾਬ ਨਹੀਂ ਹੈ, ਸਾਇੰਸ ਨੇ ਚਾਹੇ ਕਲੋਨਿੰਗ ਕਰ ਲਈ ਹੈ ਜੋ ਮਰਜ਼ੀ ਕਰ ਲਿਆ ਵਾ, ਪਰ ਉਹਨਾਂ ਤੋਂ ਸਪਰਮ ਨਹੀਂ ਬਣਿਆ ਤੇ ਉਹਨਾਂ ਨੇ ਬੇਬੀ ਪ੍ਰੋਡਿਊਸ ਕਰਨ ਤੱਕ ਨਹੀਂ ਗਏ ਹਲੇ ਜੀ। ਠੀਕ ਹੈ ਜੀ, ਜਿਹੜੀ ਆਪਣੀ ਡੀਜਨਰੇਟ ਹੁੰਦੀ ਆ ਬੋਡੀ, ਅੱਖਾਂ ਝਪਕਦੇ ਆ, ਵਾਲ ਚਿੱਟੇ ਹੁੰਦੇ ਨੇ, ਉਹਨਾਂ ਚੀਜ਼ਾਂ ਦੇ ਉੱਤੇ ਉਹਦਾ ਕੋਈ ਕੰਟਰੋਲ ਨਹੀਂ ਜੀ। ਠੀਕ ਹੈ, ਨਹੀਂ ਦੇ ਸਮਥਿੰਗ ਅਬਾਊਟ ਸਾਇੰਸ, ਬਿਯੋਂਡ ਸਾਇੰਸ, ਜਿਹੜੀ ਗੁਰਬਾਣੀ ਗੁਰੂ ਸਾਹਿਬ ਨੇ ਮਾਈ ਹੈ ਧੁਰਕੀ ਬਾਣੀ, ਉਹ ਤੋਂ ਆਈ ਹੋਈ ਬਾਣੀ ਆ, ਉਹ ਕੋਈ ਸ਼ਾਇਰੀ ਨਹੀਂ ਹੈਗੀ, ਪਰਮਾਤਮਾ ਦੇ ਘਰ ਤੋਂ ਆਈ ਹੋਈ ਬਾਣੀ ਆ। ਤੇ ਇੱਕ ਇੱਕ ਲਫ਼ਜ਼ 100% 360 ਡਿਗਰੀ ਐਂਗਲ ਦੇ ਉੱਤੇ ਉਹਦੇ ਇੱਕ ਇੱਕ ਸ਼ਬਦ ਦੇ ਮੀਨਿੰਗ ਨਿਕਲਦੇ ਨੇ ਜੀ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜੀ, ਤੁਸੀਂ ਬਾਣੀ ਦੀ, ਮੈਨੂੰ ਲੱਗਦਾ ਤੁਸੀਂ ਕਾਫੀ ਬਾਣੀ ਪੜ੍ਹੀ ਆ, ਤੇ ਜਿਹੜੀ ਬਾਣੀ ਰਾਈ ਤੁਹਾਡੇ ਨੂੰ ਕਲੀਨ ਸ਼ੇਵਨ ਆ, ਬਾਣੀ ਨਹੀਂ ਪੜ੍ਹੀ ਬਸ। ਠੀਕ, ਮੈਂ ਮੇਰਾ ਧਿਆਨ ਬਹੁਤ ਆ ਕਿਉਂਕਿ ਮੈਂ ਗੁਰਸਿੱਖ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਹਾਂ। ਠੀਕ ਹੈ ਜੀ, ਤੇ ਜਿੰਨਾ ਕੁ ਮੈਂ ਪੜ੍ਹਿਆ ਵਾ ਓਨੇ ਕੁ ਤੱਕ ਮੈਨੂੰ ਨੌਲੇਜ ਇਹ ਆ ਵੀ ਜਿਹੜਾ ਬਾਣੀ ਆ ਉਸ ਤੋਂ ਉੱਤੇ ਕੁਛ ਵੀ ਨਹੀਂ ਹੈਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਛ ਨੌਲੇਜ ਪਈ ਆ, ਮਤਲਬ ਇਸ ਕਰਕੇ ਨਹੀਂ ਵੀ ਇਹ ਸਿੱਖਾਂ ਦਾ ਇਕੱਲਿਆਂ ਦਾ ਧਰਮ ਹੈ ਨੀਗਾ ਗ੍ਰੰਥ, ਪਹਿਲੀ ਗੱਲ ਇਹ ਆ, ਇਹ ਆਪਣਾ ਇਨਸਾਨੀਅਤ ਦਾ ਗ੍ਰੰਥ ਆ ਜੀ। ਫਿਰ ਜੇ ਆਪਾਂ ਇਹ ਗੱਲ ਕਹਿੰਦੇ ਆ, ਤੁਸੀਂ ਮੰਨਦੇ ਹੋ ਕਿ ਇਕੱਲੇ ਸਿੱਖਾਂ ਦਾ ਧਰਮ ਨਹੀਂ, ਮੰਨਦੇ ਹੋ ਨਾ? ਬਿਲਕੁਲ, ਇਨਸਾਨੀਅਤ ਦਾ ਧਰਮ ਆ ਜੀ ਜੀ। ਫਿਰ ਇੱਥੇ ਉਹ ਗੱਲ ਕਿੱਥੋਂ ਆ ਗਈ ਕਿ ਇਸ ਨੂੰ ਉਹੀ ਬੰਦਾ ਪੜ੍ਹ ਸਕਦਾ ਜਿਹਨੇ ਦਾੜੀ ਰੱਖੀ ਆ ਜਾਂ ਨਹੀਂ? ਬਿਲਕੁਲ, ਕਲੀਨ ਸ਼ੇਵਨ ਆ ਜੀ, ਇਹ ਮੈਂ ਤਾਂ ਕਿਤੇ ਗੱਲ ਇਹ ਦੇਖੀ ਨੀ ਵੀ ਪੜ੍ਹ ਸਕਦਾ ਵਾ। ਹਾਂ, ਉਹਦੇ ਲਈ ਜ਼ਰੂਰ ਉਹਨਾਂ ਨੇ ਸਿਸਟਮ ਦੱਸਿਆ ਹੋਇਆ ਵੀ ਤੁਹਾਨੂੰ ਆਪਣਾ ਸਾਬਤ ਸੂਰਤ ਹੋਣਾ ਵੀ ਇੱਕ ਇਹਦਾ ਪਾਰਟ ਆ, ਤੁਸੀਂ ਉਸ ਤੋਂ ਬਿਨਾਂ ਉਸ ਸਟੇਜ ਤੇ ਨਹੀਂ ਪਹੁੰਚ ਸਕਦੇ। ਜਦ ਤੱਕ ਤੁਸੀਂ ਸਾਰੀਆਂ ਚੀਜ਼ਾਂ ਨੈਚੁਰਲ ਤੌਰ ਦੇ ਨਾਲ ਆਪਦੇ ਮਨ ਨੂੰ ਨਹੀਂ ਸਮਝਾਉਂਦੇ, ਤੁਹਾਨੂੰ ਚੇਂਜਸ ਐਕਸੈਪਟ ਕਰਨੀਆਂ ਨਹੀਂ ਆਉਂਦੀਆਂ ਵੀ ਜੇ ਆਪਣੀ ਬੋਡੀ ਜਿੱਦਾਂ ਪਰਮਾਤਮਾ ਨੇ ਬਣਾਈ ਆ ਆਪਾਂ ਉੱਦਾਂ ਜ਼ਿਆਦਾ ਸੋਹਣੇ ਆ। ਹੁਣ ਜੇ ਮੈਂ ਕਵਾਂ ਵੀ ਮੈਂ ਆਪਦਾ ਮੂੰਹ ਦਾ ਸਿਰ ਮੁੰਨ ਕੇ ਜ਼ਿਆਦਾ ਸੋਹਣਾ ਲੱਗਦਾ ਤਾਂ ਉਹ ਮੈਨੂੰ ਆਪਦੀ ਆਪਦਾ ਪੁਆਇੰਟ ਆਫ ਵਿਊ ਆ। ਹੋ ਸਕਦਾ ਮੈਂ ਦਾੜੀ ਵਗੈਰਾ ਰੱਖੇ ਤੇ ਉਦੋਂ ਵੀ ਜ਼ਿਆਦਾ ਪਰਮਾਤਮਾ ਦੇ ਉਸ ਰੂਪ ਦੇ ਵਿੱਚ ਜ਼ਿਆਦਾ ਜਾਇਦਾ ਹੋਵਾਂ, ਹਨਾ? ਉਹ ਤਾਂ ਤੁਹਾਡੀ ਪਰਸਨਲੀ ਮੰਨਣਾ ਵੀ ਤੁਸੀਂ ਕਿੱਦਾਂ, ਤੁਹਾਨੂੰ ਆਪਣੇ ਆਪ ਨੂੰ ਕਿੱਦਾਂ ਤੁਸੀਂ ਸੋਹਣਾ ਲੱਗਦੇ ਹੋ ਜਾਂ ਲੋਕੀ ਤੁਹਾਨੂੰ ਕਿੱਦਾਂ ਐਕਸੈਪਟ ਕਰਦੇ ਨੇ। ਮੈਂ ਕਲੀਨ ਸ਼ੇਪ ਸੀ, ਹੁਣ
ਟੀ ਵੀ ਜੀ ਤੇ ਆਉਣ ਨੂੰ ਐ ਚਲੋ ਮੈਨੂੰ ਚੰਗਾ ਲੱਗਾ ਕਿ ਗੱਲ ਪੰਜਾਬੀ ਦੀ ਕਰਨੀ ਬੰਦਾ ਪੰਜਾਬੀ ਲੱਗਣਾ ਚਾਹੀਦਾ। ਹਾਂਜੀ ਮੈਂ ਹਾਂਜੀ ਦਸਤਾਰ ਸਜਾਉਣੀ ਸ਼ੁਰੂ ਕਰ ਲਈ, ਉਹ ਦਸਤਾਰ ਨੂੰ ਲੈ ਕੇ ਹਾਂਜੀ ਲੋਕਾਂ ਨੂੰ ਮੇਰੇ ਵਿੱਚੋਂ ਕਿਹੜਾ ਕੁਝ ਬਦਲਿਆ, ਮੇਰੀ ਸੋਚ ਤਾਂ ਉਹੀ ਹੈ, ਲੇਕਿਨ ਹਾਂਜੀ ਕੁਐਸਚਨ ਫਿਰ ਹਾਂਜੀ ਵੀ ਉਹੀ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਤੁਸੀਂ ਇਸ ਤਰ੍ਹਾਂ ਜੁੜੇ ਰਹੇ ਹੋ, ਤੁਹਾਡੇ ਤੋਂ ਦੋ ਚਾਰ ਕੁਐਸਚਨ ਜ਼ਰੂਰ ਹੋਰ ਪੁੱਛਾਂਗੇ, ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਦਾ ਜ਼ਰੂਰ ਬੇੜਾ ਹੋ ਗਿਆ, ਬ੍ਰੇਕ ਲਵਾਂਗੇ, ਉਸੇ ਤਰ੍ਹਾਂ ਮੁੜ ਕੇ ਆ ਕੇ ਤੁਹਾਨੂੰ ਫਿਰ ਕੁਐਸਚਨ ਕਰਦੇ ਹਾਂ, ਖਾਲਸਾ ਜੀ ਨੂੰ ਵੀ ਕਰਾਂਗੇ। ਜੁੜੇ ਰਹੋ ਇੱਕ ਬ੍ਰੇਕ ਤੋਂ ਬਾਅਦ। ਠੀਕ ਹੈ ਜੀ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ ਹੈ। ਆਪਾਂ ਗੱਲ ਚੱਲ ਰਹੀ ਆਪਣੀ ਧਰਮਾਂ ਦੀ, ਆਪਣੇ ਨਾਲ ਕਾਲਰ ਵੀ ਜੁੜੇ ਹੋਏ ਨੇ, ਆਪਣੇ ਨਾਲ ਗੈਸਟ ਗੁਰਿੰਦਰ ਸਿੰਘ ਖਾਲਸਾ ਜੀ, ਫਿਰ ਸਵਾਗਤ ਹੈ ਤੁਹਾਡਾ ਇੱਕ ਵਾਰੀ। ਜਿਹੜੇ ਆਪਣੇ ਕਾਲਰ ਜੁੜੇ ਹੋਏ ਨੇ ਕੈਨੇਡਾ ਤੋਂ, ਮੁਲਕ ਸਿੰਘ ਜਿਹੜੀ ਗੱਲ ਕਰ ਰਹੇ ਨੇ, ਉਹਦੇ ਬਾਰੇ ਮੈਂ ਤੁਹਾਡੇ ਵੀ ਜੋ ਵਿਊ ਸੁਣੂੰਗਾ ਕਿ ਜਿਹੜੀ ਉਹ ਕਹਿ ਰਹੇ ਨੇ ਉਹ ਗੱਲ ਵੀ ਕਿਤੇ ਨਾ ਕਿਤੇ ਸਹੀ ਹੈ ਕਿ ਜੋ ਸਾਇੰਸ ਕਹਿ ਰਹੀ ਹੈ ਅਤੇ ਜੋ ਬਾਣੀ ਕਹਿ ਰਹੀ, ਲੇਕਿਨ ਗੱਲਾਂ ਦੇ ਵਿੱਚ ਕੁਐਸਚਨ ਹੋਰ ਵੀ ਬਹੁਤ ਨੇ। ਮੈਂ ਉਹਨਾਂ ਤੋਂ ਵੀ ਪੁੱਛਣਾ ਚਾਹੂੰਗਾ ਕਿ ਜਿਹੜੇ ਉਹ ਕਹਿੰਦੇ ਨੇ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ, ਆਪਾਂ ਫਿਰ ਇੱਕ ਵਾਰੀ ਉਹਨੂੰ ਵਾਪਸ ਲੈ ਕੇ ਆਉਂਦੇ ਹਾਂ। ਹਾਂਜੀ ਮੂਲ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਫਿਰ ਤੁਹਾਡਾ ਸਵਾਗਤ ਹੈ ਕਰੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਮੈਂ ਗੱਲ ਕੀਤੀ ਸੀ ਕਿ ਹੋ ਸਕਦਾ ਮੇਰੇ ਤੋਂ ਲਫ਼ਜ਼ ਕਈ ਗਲਤ ਯੂਜ਼ ਕਰ ਦੇਣ, ਮੈਂ ਵੀ ਇੰਨਾ ਜ਼ਿਆਦਾ ਪੁਰਾਣਾ ਐਂਕਰ ਨਹੀਂ ਹੈ, ਲੇਕਿਨ ਪੰਜਾਬੀ ਦੇ ਨਾਲ ਜੁੜਿਆ ਆਪਣੇ ਆਪ ਨੂੰ ਪੰਜਾਬੀ ਸਮਝਦਾ ਕਿਉਂਕਿ ਉਹ ਪੰਜਾਬ ਤੋਂ ਬਿਲੋਂਗ ਕਰਦਾ, ਔਰ ਇਹਦੇ ਵਿੱਚ ਵੀ ਦੋ ਦੋ ਵਿਵਾਦ ਨੇ। ਜੇ ਤੁਸੀਂ ਪੰਜਾਬੀ ਬੋਲਦੇ ਹੋ ਤੁਸੀਂ ਪੰਜਾਬੀ ਹੋ, ਜੇ ਸਰਦਾਰ ਬਣਨਾ ਚਾਹੁੰਦੇ ਤਾਂ ਪੱਗ ਬੰਨੋ। ਇਹ ਜਿਹੜੀਆਂ ਗੱਲਾਂ ਨੇ ਜਿਹੜੀ ਬਾਣੀ ਆਪਾਂ ਨੂੰ ਸਿਖਾ ਕੇ ਗਈ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੇ ਤੁਸੀਂ ਇਹਦੇ ਬਾਰੇ ਥੋੜ੍ਹਾ ਪੜ੍ਹਿਆ ਕਿ ਕੀ ਸਰਦਾਰ ਹੋਣ ਲਈ ਪੱਗ ਜ਼ਰੂਰੀ ਬਣਨੀ ਆ ਜਾਂ ਪੰਜਾਬੀ ਹੋਣ ਲਈ ਪੱਗ ਜ਼ਰੂਰੀ ਬਣਨੀ ਚਾਹੀਦੀ ਆ, ਬਾਣੀ ਸਾਨੂੰ ਕੀ ਸਿਖਾਉਂਦੀ ਆ, ਗੁਰੂ ਨਾਨਕ ਸਾਹਿਬ ਨੇ ਕੀ ਸਿਖਾਇਆ 550 ਸਾਲ ਪਹਿਲਾਂ ਕਿ ਇਨਸਾਨ ਨੂੰ ਇਨਸਾਨ ਦੀ ਹੈਲਪ ਕਰਨੀ ਚਾਹੀਦੀ ਆ, ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੱਚੇ ਪਾਤਸ਼ਾਹ ਪਰਮਾਤਮਾ ਦਾ ਸਰੂਪ ਸੀਗੇ ਤੇ ਹੈਗੇ ਨੇ ਤੇ ਹਮੇਸ਼ਾ ਰਹਿਣਗੇ। ਉਹਨਾਂ ਨੇ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਇਨਸਾਨੀਅਤ ਸਿਖਾਈ ਆ, ਪਰ ਇਨਸਾਨੀਅਤ ਦੇ ਨਾਲ 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 ਉਹਨਾਂ ਨੇ ਸਾਦਗੀ, ਸਿੰਪਲਿਸਿਟੀ, ਸਿੰਪਲ ਰਹਿ ਕੇ ਉੱਚੀ ਸੋਚ ਦੇ ਨਾਲ ਇੱਕ ਦੂਜੇ ਦੀ ਹੈਲਪ ਕਰਨਾ, ਇਹ ਸਾਰੀਆਂ ਚੀਜ਼ਾਂ ਸਿਖਾਈਆਂ ਨੇ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਕੁਛ ਸਿਖਾਇਆ, ਜੇ ਆਪਾਂ ਉਹਦਾ 5-10% ਵੀ ਮੰਨ ਲਈਏ ਜਾਂ ਆਪਣੀ ਜ਼ਿੰਦਗੀ 'ਚ ਉਤਾਰ ਲਈਏ ਤਾਂ ਸਵਾਲ ਹੀ ਖਤਮ ਹੋ ਜਾਂਦੇ ਨੇ ਬੰਦੇ ਦੇ, ਫਾਲਤੂ ਚੀਜ਼ਾਂ ਲੱਗਦੀਆਂ ਨੇ। ਜੀ, ਜੇ ਤੁਸੀਂ ਇਹ ਮੰਨਦੇ ਹੋ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨ ਲਈਏ ਕਿ ਥੋੜ੍ਹਾ ਜਿਹਾ ਪਰਸੈਂਟ ਮੰਨ ਲਈਏ ਕਿ ਸਾਰੇ ਸਵਾਲ ਖਤਮ ਹੋ ਜਾਂਦੇ ਨੇ, ਤੇ ਫਿਰ ਆਪਣੇ ਗੁਰੂ ਘਰਾਂ ਦੇ ਜਿਹੜੇ ਪ੍ਰਧਾਨ ਨੇ ਜਾਂ ਪ੍ਰਚਾਰਕ ਨੇ, ਉਹ ਇਹ ਗੱਲ ਕਿਉਂ ਨਹੀਂ ਖਤਮ ਕਰਨੀ ਚਾਹੁੰਦੇ? ਉਹ ਕਿਉਂ ਇਸ ਗੱਲ 'ਤੇ ਅੜੇ ਹੋਏ ਨੇ ਕਿ ਜੇ ਉਹਨਾਂ ਨੇ ਉਹ ਸਿੱਖੀ ਸਰੂਪ ਦੇ ਵਿੱਚ ਉਹ ਵਧੀਆ ਨੇ, ਦੂਜੇ ਬੰਦੇ ਮਾੜੇ ਨੇ? ਦੇਖੋ ਭਾਜੀ, ਮੈਂ ਤਾਂ ਸਿਰਫ ਇੰਨਾ ਕੁ ਜਾਣਦਾ, ਮੈਂ ਇੱਕ ਕਿਉਂਕਿ ਮੈਂ ਆਪ ਸਿੱਖ ਹਾਂ, ਮੈਂ ਉਹਦੇ ਧਰਮ ਨੂੰ ਮਾੜਾ ਨਹੀਂ ਕਹਿ ਸਕਦਾ। ਬਸ ਇਹ ਹੋ ਸਕਦਾ ਵੀ ਕੁਛ ਕੁ ਬੰਦਿਆਂ ਦੀ ਸੋਚ ਸਿਰਫ ਮਨੀ ਓਰੀਐਂਟਡ ਆ, ਮੇਨ ਗੱਲ ਇਹ ਆ ਬਈ ਜਿਹੜੀ ਗੋਲਕ ਆ ਜਾਂ ਕਿੱਦਾਂ ਵਾ ਬਈ ਉਹ ਪੈਸੇ ਦਾ ਕੰਟਰੋਲ ਤੇ ਉਹ ਪੈਸੇ ਨੂੰ ਕਿਸ ਤਰ੍ਹਾਂ ਵਰਤਣਾ ਵਾ, ਉਹ ਚੀਜ਼ਾਂ ਦੇ ਉੱਤੇ ਕੰਟਰੋਲ ਜਿੰਨੇ ਕੁ ਬੰਦੇ ਇੱਕ ਲੌਬੀ ਬਣੀ ਹੋਈ ਆ ਉਹ ਚਾਹੁੰਦੇ ਨੇ, ਉਹਦੇ ਅਕੋਰਡਿੰਗਲੀ ਉਹਨੂੰ ਮੈਨੂਪੁਲੇਟ ਕਰਦੇ ਨੇ ਉਹ, ਤੇ ਉਹਦਾ ਜਿਹੜਾ ਪਰਮਾਤਮਾ ਦੇ ਰਾਹ ਨਾਲ ਜਾਂ ਸਿੱਖ ਧਰਮ ਦੇ ਨਾਲ ਕੋਈ ਰਿਲੇਸ਼ਨ ਨਹੀਂ ਮੈਨੂੰ ਜਿੱਥੇ ਤੱਕ ਲੱਗਦਾ ਜੀ। ਦੇਖੋ ਜੀ, ਜਿਹੜੀ ਤੁਸੀਂ ਇਹ ਗੱਲ ਕੀਤੀ ਗੋਲਕ ਦੀ, ਮੈਂ ਵੀ ਇੱਥੇ ਇੱਕ ਗੁਰੂ ਘਰ ਦੇ ਨਾਲ ਅਟੈਚ ਹਾਂ, ਉੱਥੇ ਜਾਂਦਾ ਹਾਂ, ਕਮੇਟੀ ਦਾ ਮੈਂਬਰ ਵੀ ਹਾਂ, ਔਰ ਮੇਰੀ ਉੱਥੇ ਇਹੀ ਜਿਹੜੀ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ, ਉੱਥੇ ਵੀ ਮੇਰਾ ਇਹੀ ਇੜਿੱਕਾ ਹੁੰਦਾ ਕਿ ਕੋਈ ਵੀ ਬੰਦਾ ਆ ਕੇ ਸੇਵਾ ਕਰੇ ਉਹਦੇ ਨਾਲ ਕੋਈ ਇਸ਼ੂ ਨਹੀਂ ਚਾਹੀਦੀ, ਲੇਕਿਨ ਕਈ ਬੰਦੇ ਨੇ ਉਹ ਦੂਸਰੇ ਗੁਰੂ ਘਰਾਂ ਤੋਂ ਆਉਂਦੇ ਨੇ, ਕਹਿੰਦੇ ਕਿ ਜੇ ਕਿਸੇ ਨੇ ਦੇਗ ਬਣਾਉਣੀ ਉਹ ਅੰਮ੍ਰਿਤਧਾਰੀ ਹੋਵੇ, ਜੇ ਕਿਸੇ ਨੇ ਪ੍ਰਸ਼ਾਦਾ ਬਣਾਉਣਾ ਉਹ ਅੰਮ੍ਰਿਤਧਾਰੀ ਹੋਵੇ, ਕੁਛ ਐਸੇ ਲੋਕ ਨੇ ਕਿ ਕਹਿੰਦੇ ਕਿ ਕਿਚਨ ਦੇ ਵਿੱਚ ਜਿਹਨੇ ਕੰਮ ਕਰਨਾ ਉਹ ਅੰਮ੍ਰਿਤਧਾਰੀ ਹੋਵੇ, ਉਹ ਇਹ ਕਿਉਂ? ਇਹ ਵਿਵਾਦ ਜਦ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤਾ, ਉਹਨਾਂ ਨੇ ਹਰ ਇੱਕ ਧਰਮ ਨੂੰ ਵੈਲਕਮ ਕੀਤਾ, ਇਹ ਕੁਛ ਸਾਡੇ ਬੰਦੇ ਕਿਉਂ ਵਿਵਾਦ ਕਰ ਰਹੇ ਨੇ? ਕੁਐਸਚਨ ਮੇਰਾ ਇਹੀ ਆ। ਦੇਖੋ ਜੀ, ਮੈਂ ਇਹ ਉਹਨਾਂ ਦੀ ਸੋਚ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਪਰ ਜਿੰਨਾ ਕੁ ਮੈਨੂੰ ਗਿਆਨ ਆ ਜਾਂ ਜਿਹੜੀ ਗੁਰਬਾਣੀ ਆ ਆਪਣੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੇ ਉਹਦੇ ਵਿੱਚੋਂ ਪੜ੍ਹਨ ਦੇ ਨਾਲ ਜਿਹੜੀ ਬੰਦੇ ਨੂੰ ਸਮਝ ਆਉਂਦੀ ਆ ਜਾਂ ਜਿਹੜੀ ਸ਼ਾਂਤੀ ਬੰਦੇ ਦੇ ਮਨ ਦੇ ਵਿੱਚ ਅੰਦਰੂਨੀ ਸਪਿਰਚੁਅਲਿਜ਼ਮ ਦੇ ਨਾਲ ਰਿਲੇਟਡ ਆਉਂਦੀ ਆ, ਉਦੋਂ ਬਾਅਦ ਜਿਹੜੀਆਂ ਗੱਲਾਂ ਸਾਰੀਆਂ ਹਾਸੋ ਹੀਣੀਆਂ ਲੱਗਦੀਆਂ ਨੇ ਤੇ ਯੂਜ਼ਲੈਸ ਲੱਗਦੀਆਂ ਨੇ, ਜੇ ਬੰਦਾ ਉਹ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਨਤਮਸਤਕ ਹੋ ਕੇ ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੇ ਬਾਵਜੂਦ ਵੀ ਏਦਾਂ ਦੀਆਂ ਗੱਲਾਂ ਕਰਦਾ ਵਾ, ਫਿਰ ਲੱਗਦਾ ਜਾਂ ਤਾਂ ਕਿਤੇ ਸਮਝਣ ਦੇ ਵਿੱਚ ਬੰਦੇ ਦੇ ਕਮੀ ਰਹਿ ਗਈ ਆ ਤੇ ਜਾਂ ਬੰਦੇ ਦੀ ਕੋਈ ਇੰਟੈਂਸ਼ਨ ਹੀ ਕੋਈ ਹੋਰ ਆ, ਮੈਂ ਤਾਂ ਇਹੀ ਕਹਿ ਸਕਦਾ ਜੀ। ਜੀ, ਕਿਉਂਕਿ ਇਹ ਚੀਜ਼ਾਂ ਦੋਨੇ ਚੀਜ਼ਾਂ ਸਾਹਮਣੇ ਲੱਗਦੀਆਂ, ਇੱਕ ਪਾਸੇ ਗੁਰਬਾਣੀ ਨੂੰ ਮੰਨਣਾ ਗੁਰਬਾਣੀ ਨੂੰ ਪੜ੍ਹਨਾ ਤੇ ਦੂਸਰੇ ਪਾਸੇ ਵੈਰ ਵਿਰੋਧ ਦੀ ਭਾਵਨਾ ਜਾਂ ਡਿਫਰੈਂਸ਼ੀਏਟ ਕਰਨਾ ਜੋ ਕਿ ਉਹ ਬਿਲਕੁਲ ਹੀ ਨਹੀਂ ਸਿਖਾਉਂਦੇ, ਆਪਣੇ ਤਾਂ ਉਹਨਾਂ ਨੇ ਗੁਰੂ ਸਾਹਿਬਾਨ ਨੇ ਤਾਂ ਡਿਫਰੈਂਸ਼ੀਏਟ ਕਰਨਾ ਸਿਖਾਇਆ ਹੀ ਨਹੀਂ, ਉਹਨਾਂ ਨੇ ਕਿਹਾ ਕ੍ਰੀਏਟਰ ਇਜ਼ ਵਿਦ ਇਨ ਦਾ ਕ੍ਰੀਏਸ਼ਨ, ਜੇ ਤੁਸੀਂ ਕ੍ਰੀਏਟਰ ਨੂੰ ਪਿਆਰ ਕਰਦੇ ਹੋ ਕ੍ਰੀਏਸ਼ਨ ਨੂੰ ਨਹੀਂ ਪਿਆਰ ਕਰਦੇ
ਤੁਸੀਂ ਫਿਰ ਉਹਦੇ ਤੱਕ ਪਹੁੰਚ ਨਹੀਂ ਸਕਦੇ। ਦੇਰ ਇਜ਼ ਨੋ ਅਦਰ ਵੇ ਆਊਟ ਵੀ ਤੁਸੀਂ ਇਕੱਲਾ ਕ੍ਰੀਏਟਰ ਨੂੰ ਪਹੁੰਚ ਜਾਓ ਤੇ ਕ੍ਰੀਏਸ਼ਨ ਨੂੰ ਕਹਿ ਦੋ ਵੀ ਇਹਨੂੰ ਤਾਂ ਮੈਂ ਲਾਈਕ ਨਹੀਂ ਕਰਦਾ, ਆਹ ਬੰਦਾ ਤਾਂ ਮੈਨੂੰ ਦਿਖੇ ਨਾ, ਤੇ ਰੱਬ ਨੂੰ ਮੈਂ ਬਹੁਤ ਪਸੰਦ ਕਰਦਾ, ਇੱਦਾਂ ਤਾਂ ਹੋ ਨਹੀਂ ਸਕਦਾ। ਜੀ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕ੍ਰੀਏਟਰ ਦੀ, ਕ੍ਰੀਏਟਰ ਤਾਂ ਸਭ ਕੁਝ ਕ੍ਰੀਏਟ, ਜਿਹੜੇ ਮਾਂ ਪਿਆ ਉਹਨਾਂ ਨੇ ਬੱਚੇ ਨੂੰ ਕ੍ਰੀਏਟ ਕੀਤਾ, ਬੱਚੇ ਨੇ ਮਾਂ ਪਿਆ ਨੂੰ ਤਾਂ ਨਹੀਂ ਕ੍ਰੀਏਟ ਕੀਤਾ, ਕ੍ਰੀਏਟਰ ਜਿਹੜਾ ਕ੍ਰੀਏਟਰ ਆ ਉਹਨੇ ਸਾਰਾ ਕੁਝ ਸਿਖਾ ਲੈਣਾ। ਹੁਣ ਜਿਹੜੇ ਸਾਡੇ ਕ੍ਰੀਏਟਰ ਨੇ, ਜਿਹੜੇ ਸੋ ਕਾਲਡ ਕਹਿੰਦੇ ਨੇ ਕਿ ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਅੰਮ੍ਰਿਤਧਾਰੀ ਹੋ ਗਏ, ਅਸੀਂ ਪ੍ਰਧਾਨ ਬਣ ਗਏ ਜਾਂ, ਉਹ ਫਿਰ ਸਾਨੂੰ ਕੀ ਸਿਖਾ ਰਹੇ, ਅਸੀਂ ਉਹਨਾਂ ਤੋਂ ਕੀ ਸਿੱਖਾਂਗੇ? ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਕੋਈ ਸਿੱਖਣ ਵਾਲੀ ਗੱਲ ਹੀ ਨਹੀਂ ਹੈ ਇੱਥੇ। ਫਿਰ ਤਾਂ ਉਹਨਾਂ ਨੂੰ ਪਰੇ ਕਰਕੇ ਵੀ ਅਸੀਂ ਆਪ ਬਾਣੀ ਵੀ ਆਪ ਪੜ੍ਹ ਲਾਂਗੇ, ਆਪਣੇ ਆਪ ਸਿੱਖਣਾ ਪਊ ਸਾਨੂੰ। ਹਾਂਜੀ, ਇਹਦੇ ਵਿੱਚ ਇਹੀ ਹੈ ਜੀ ਵੀ ਜਾਗਰੂਕਤਾ ਹੋਣੀ ਚਾਹੀਦੀ ਹੈ ਜੀ ਆਪਾਂ ਨੂੰ, ਸਿੱਖਾਂ ਨੂੰ ਸਪੈਸ਼ਲੀ, ਆਪਾਂ ਨੂੰ ਬਹੁਤ ਧੀਰਜ ਭਾਅ ਦੇ ਨਾਲ ਬਾਕੀ ਚੀਜ਼ਾਂ ਨੂੰ ਪਰੇ ਛੱਡ ਕੇ ਨਾ, ਵੈਰ ਵਿਰੋਧ ਵਾਲੀਆਂ ਨੂੰ ਧਿਆਨ ਨਾਲ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਚਾਹੀਦਾ ਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹ ਕਹਿਣਾ ਕੀ ਚਾਹੁੰਦੇ ਨੇ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਢਾਲਣਾ ਚਾਹੀਦਾ ਵਾ। ਕਿਉਂਕਿ ਜਿੰਨਾ ਚਿਰ ਬੰਦੇ ਨੂੰ ਐਂ ਲੱਗਦਾ ਰਹਿੰਦਾ ਨਾ ਵੀ ਮੈਂ ਤਾਂ, ਮੈਨੂੰ ਤਾਂ ਕੁਛ ਹੋਣਾ ਹੀ ਨਹੀਂ, ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਆਪਣੀ ਮੌਤ ਨੂੰ ਹਮੇਸ਼ਾ ਯਾਦ ਰੱਖੋ। ਜਦੋਂ ਬੰਦਾ ਆਪਦੀ ਮੌਤ ਨੂੰ ਯਾਦ ਰੱਖਦਾ ਫਿਰ ਉਹ ਗਲਤ ਕੰਮ ਕਰਨ ਲੱਗੇ ਦੋ ਤਿੰਨ ਚਾਰ ਵਾਰ ਸੋਚਦਾ ਵਾ ਵੀ ਮੈਂ ਇਹ ਗੱਲ ਜਿਹੜੀ ਆ ਇਹਦਾ ਕੋਈ ਲੌਜਿਕ ਬਣਦਾ, ਮੇਰੇ ਕਿਹੜਾ ਇੱਥੇ ਕਿੱਲੇ ਗੱਡੇ ਹੋਏ ਨੇ ਵੀ ਮੈਂ ਇੱਥੇ ਹੀ ਰਹਿਣਾ, ਹਨਾ। ਹਾਂਜੀ, ਤੇ ਉਸ ਹਿਸਾਬ ਦੇ ਨਾਲ ਬੰਦੇ ਨੂੰ, ਮੈਂ ਤਾਂ ਆਪਦੀ ਲਾਈਫ ਇੰਨੀ ਕੁ, ਮੇਰੀ 46 ਸਾਲ ਉਮਰ ਆ ਜੀ, ਮੈਂ ਤਾਂ ਆਪਦੀ ਜ਼ਿੰਦਗੀ ਨੂੰ ਡੇ ਬਾਏ ਡੇ ਲੈ ਕੇ ਜਿਉਣਾ ਜੀ ਵੀ ਅੱਜ ਮੇਰਾ ਦਿਨ ਲੰਘ ਗਿਆ ਕੱਲ ਨੂੰ ਲੰਘਣਾ ਕਿ ਨਹੀਂ ਕੱਲ ਨੂੰ ਦੇਖਾਂਗੇ। ਇਹ ਤਾਂ ਜੀ ਦੇਖੋ ਗੁਰੂ ਸਾਹਿਬ ਨੇ ਬਾਣੀ 'ਚ ਥਾਂ ਥਾਂ 'ਤੇ ਲਿਖਿਆ ਹੋਇਆ ਕਿ ਹਰ ਇੱਕ ਚੀਜ਼ ਦਾ ਜੰਮਣਾ ਝੂਠ ਹੋ ਸਕਦਾ, ਮਰਨਾ ਨਹੀਂ, ਮਰਨਾ 100% ਕੀ 200% ਸੱਚ ਆ। ਹਾਂਜੀ, ਔਰ ਇੱਥੇ ਪਿਛਲੇ 35 ਸਾਲਾਂ ਦੇ ਵਿੱਚ ਮੇਰੇ ਕੋਲ ਕਹਾਣੀਆਂ ਭਰੀਆਂ ਪਈਆਂ ਨੇ ਕਿ ਜਦੋਂ ਮੌਤ ਆਈ ਉਹ ਉਸ ਜਗ੍ਹਾ 'ਤੇ ਬੰਦਾ ਪਹੁੰਚ ਗਿਆ ਜਿੱਥੇ ਉਹਦੀ ਲਿਖੀ ਹੋਈ ਸੀ। ਹਾਂਜੀ, ਅਤੇ ਮੈਂ ਇੱਥੇ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਮਾਂ ਕੱਢਿਆ ਅੱਜ ਵਿਚਾਰ ਕੀਤਾ, ਜਿਹੜਾ ਸਮਾਂ ਆ ਉਹ ਹੁੰਦਾ ਜਾਂਦਾ। ਹਾਂਜੀ, ਇੱਕ ਜਾਂਦੇ ਜਾਂਦੇ ਮੈਂ ਸ਼ੇਅਰ ਜ਼ਰੂਰ ਆਪਦਾ ਬੋਲਣਾ ਚਾਹੂੰਗਾ ਜਿਹੜਾ ਮੈਂ ਲਾਸਟ ਦੇ ਉੱਤੇ ਆਉਣ ਦਿਓ ਜੀ ਲਿਖਿਆ ਸੀਗਾ ਆਪ ਜੀ ਆਉਣ ਦਿਓ ਜੀ ਤੇ ਮੈਂ ਲਿਖਿਆ ਸੀਗਾ ਜ਼ਿੰਦਗੀ ਬਿਨ ਤੇਰੇ ਬੇਜ਼ਾਰ ਹੋ ਗਈ ਹੈ ਜੀ, ਕਾਮ ਕੀ ਹੋਤੀ ਥੀ ਇਹ ਬੇਕਾਰ ਹੋ ਗਈ ਹੈ ਜੀ, ਜਬ ਸੇ ਤੂੰ ਸਮਾਇਆ ਹੈ ਇਸ ਦਿਲ ਕੇ ਚਮਨ ਮੇਂ ਯੇ ਆਲਮ ਹੈ ਕਿ ਹਰ ਖੇਜ਼ਾਂ ਹੋ ਗਈ ਹੈ। ਵਾਹ ਵਾਹ, ਕਿਆ ਵੱਡੀ ਗੱਲ ਹੈ ਜੀ, ਕਿਆ ਕਿਆ ਵਧੀਆ ਸੋਚ ਰੱਖਦੇ ਹੋ, ਕਿਆ ਵਧੀਆ ਸੋਚ ਰੱਖਦੇ ਹੋ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢਿਆ ਟੀਵੀ 'ਤੇ ਉਹਨੂੰ ਜੀ, ਔਰ ਜਿਹੜਾ ਤੁਸੀਂ ਸਿੱਖੀ ਬਾਰੇ ਨੌਲੇਜ ਦਿੱਤੀ। ਹਾਂਜੀ ਖਾਲਸਾ ਜੀ, ਹਾਂਜੀ ਵਾਪਸ ਉਸ ਵਿਸ਼ੇ 'ਤੇ ਆਉਂਦੇ ਕਿ ਹਰ ਇੱਕ ਦੀ ਭਾਵਨਾ ਆਪਣੇ ਨਾਲ ਜੁੜੀ ਹੋਈ ਆ, ਬੜੇ ਵਧੀਆ ਵਿਚਾਰ ਸੀ ਇਹਨਾਂ ਦੇ ਜਿਹੜੇ, ਇਹਨਾਂ ਨੇ ਸ਼ੇਅਰ ਵੀ ਬੜਾ ਵਧੀਆ ਸੁਣਾਇਆ। ਐਸੇ ਜਿਹੇ ਬੰਦੇ ਜਿਹੜੇ ਇਨਸਾਨ ਨੇ ਦੁਨੀਆ 'ਤੇ, ਮੈਂ ਚਾਹਾਂਗਾ ਕਿ ਉਹ ਲੋਕਾਂ ਦੇ ਵਿੱਚ ਵਿਚਰਨ ਔਰ ਲੋਕਾਂ ਨੂੰ ਇਹ ਦੱਸਣ ਕਿ ਜਿਹੜੀ ਜ਼ਿੰਦਗੀ ਉਹ ਜਿਉਣੀ ਕਿਸ ਤਰ੍ਹਾਂ ਚਾਹੀਦੀ ਆ। ਔਰ ਬਾਕੀ ਤੁਸੀਂ ਮੈਨੂੰ ਜਾਣਦੇ ਜ਼ਰੂਰ ਦੱਸ ਦਿਓ ਆਪਾਂ ਕੋਲ ਸਮਾਂ ਬੜਾ ਥੋੜ੍ਹਾ, ਕਿ ਜਿਹੜੇ ਗੁਰੂ ਘਰਾਂ ਦੇ ਲੋਕ ਇਸੇ ਹੀ ਸੋਚ ਰੱਖਦੇ ਨੇ, ਆਪਾਂ ਨੂੰ ਉਹਦੇ ਬਾਰੇ ਕੀ ਕਰਨਾ ਚਾਹੀਦਾ? ਦੇਖੋ ਸਾਨੂੰ ਥੋੜ੍ਹਾ ਜਿਹਾ ਇਹਦੇ ਨਾ ਜਿਹੜਾ ਇਹਦਾ ਮੇਨ ਕੋਰ ਹੈ ਇਹ ਕਿਉਂ ਹੋ ਰਿਹਾ ਉਹਦੇ ਵਿੱਚ ਸੋਚਣਾ ਚਾਹੀਦਾ। ਦੇਖੋ ਕੋਈ ਵੀ ਧਰਮ ਹੈ, ਜਦੋਂ ਤੋਂ ਵੀ ਕੋਈ ਧਰਮ, ਇੱਕ ਆਸਥਾ ਦਾ ਵਿਸ਼ਾ, ਲੇਕਿਨ ਧਰਮ ਤੋਂ ਦੋ ਤਰ੍ਹਾਂ ਦੇ, ਧਰਮ ਨੂੰ ਦੋ ਤਰ੍ਹਾਂ ਦੇ ਲੋਕਾਂ ਤੋਂ ਖਤਰਾ। ਪਹਿਲਾ ਤਾਂ ਆਪਾਂ ਆਮ ਸੋਚਦੇ ਹਾਂ ਕਿ ਠੀਕ ਹੈ ਜਿਹੜਾ ਧਰਮ ਤੇ ਨੂੰ ਈਰਖਾ ਕਰਦੇ ਨੇ, ਚਾਹੇ ਕੋਈ ਵੀ ਹੋਰ ਵਿਅਕਤੀ ਹੈ ਜਿਹੜਾ ਇਸ ਧਰਮ ਨਾਲ ਨਹੀਂ ਹੈਗਾ, ਉਹ ਦੂਜੇ ਧਰਮ ਦੇ ਨਾਲ ਨੇ, ਉਹ ਦੂਜੇ ਧਰਮ ਨੂੰ ਕਈ ਵਾਰੀ ਈਰਖਾ ਕਰਦੇ ਨੇ, ਅਸੀਂ ਸਮਝਦੇ ਵੀ ਦੂਜਾ ਬੰਦਾ ਤੁਹਾਡੀ ਧਰਮ ਨਾਲ ਈਰਖਾ ਕਰਦਾ। ਇੱਕ ਤਾਂ ਕਿਸੇ ਵੀ ਧਰਮ ਨੂੰ, ਕਿਸੇ ਵਿਚਾਰਧਾਰਾ ਨੂੰ, ਕਿਸੇ ਪੰਥ ਨੂੰ, ਕਿਸੇ ਸੋਚ ਨੂੰ ਈਰਖਾਲੂਆਂ ਤੋਂ ਖਤਰਾ ਹੈ। ਲੇਕਿਨ ਅੱਜ ਕੱਲ ਦੇ ਟਾਈਮ ਦੇ ਵਿੱਚ ਈਰਖਾਲੂਆਂ ਤੋਂ ਖਤਰਾ ਇੰਨਾ ਜ਼ਿਆਦਾ ਨਹੀਂ ਹੈਗਾ ਜਿੰਨਾ ਸ਼ਰਧਾਲੂਆਂ ਤੋਂ ਹੈ। ਸ਼ਰਧਾ ਦੇ ਵਿੱਚ ਆ ਕੇ ਬਹੁਤ ਸਾਰੀ ਜਿਹੜੀ ਅੰਧ ਵਿਸ਼ਵਾਸ ਹੈ ਉਹ, ਜਿਹੜੀ ਉਹਨੂੰ ਤੁਸੀਂ ਧਰਮ ਨਹੀਂ ਕਹਿੰਦੇ, ਜਿਹੜੀਆਂ ਇਹ ਚੀਜ਼ਾਂ ਨੇ ਜਦ ਤੁਸੀਂ ਆਪਾਂ ਡਿਸਕਸ ਕਰ ਰਹੇ ਹਾਂ, ਇਹਨੂੰ ਕਹਿੰਦੇ ਨੇ ਅੰਧ ਵਿਸ਼ਵਾਸ। ਜੇ ਆਪਾਂ ਕਹਿੰਦੇ ਇਹ ਧਾਰਮਿਕ ਚੀਜ਼ਾਂ ਨੇ, ਧਰਮ ਸਹੀ ਕਹਿ ਰਿਹਾ, ਧਰਮ ਦੀ ਆਸਥਾ ਸਹੀ ਹੈ, ਲੇਕਿਨ ਸਾਡੇ ਜਿਹੜੇ ਸ਼ਰਧਾਲੂ ਨੇ ਉਹ ਬਹੁਤ ਸਾਰੀ ਜ਼ਿਆਦਾ ਜੋ ਸ਼ਰਧਾ 'ਚ ਆ ਜਾਂਦੇ ਨੇ ਉਹਨੂੰ ਅੰਧ ਵਿਸ਼ਵਾਸ ਕਹਿੰਦੇ ਨੇ। ਅੰਧ ਵਿਸ਼ਵਾਸ ਦੇ ਵਿੱਚ ਆ ਕੇ ਫਿਰ ਉਹ ਕਹਿੰਦੇ ਜੀ ਤੁਸੀਂ ਜੇ ਸਿੱਖ ਪੂਰਨ ਨਹੀਂ ਹੈਗੇ, ਤੁਸੀਂ ਦੂਜੀ ਤਰ੍ਹਾਂ ਤੁਸੀਂ ਪੂਰਨ ਸਿੱਖ ਨਹੀਂ ਹੈਗੇ ਤਾਂ ਫਿਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਤੇ ਪ੍ਰਸ਼ਾਦ ਬਣਾਉਣ ਲੱਗੇ ਆ ਜਾਂ ਕੋਈ ਸੇਵਾ ਕਰਨ ਲੱਗੇ ਆ, ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਧਾ 'ਚ ਨੇ, ਅੰਧ ਵਿਸ਼ਵਾਸ ਹੋ ਗਿਆ। ਹਾਂਜੀ ਖਾਲਸਾ ਜੀ, ਇੱਕ ਆਪਣੇ ਕਾਲਰ ਨੇ ਮੈਂ ਕਿਹਾ ਥੋੜੇ ਤੋਂ ਪੁੱਛਣਾ ਚਾਹੁੰਦੇ ਕੁਛ। ਹਾਂਜੀ ਤੁਸੀਂ ਆਨ ਏਅਰ ਹੋ ਜੀ, ਆਪਣਾ ਨਾਮ ਜਰੂਰ ਦੱਸ ਦਿਓ ਜੀ। ਮੈਂ ਨਵਤੇਜ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਠੀਕ ਹੈ ਨਵਤੇਜ ਸਿੰਘ ਜੀ, ਤੁਸੀਂ ਆਨ ਏਅਰ ਹੋ ਤੇ ਆਪਣਾ ਵਿਸ਼ਾ ਚੱਲ ਰਿਹਾ ਧਰਮ ਤੇ, ਜੇ ਕੁਝ ਪੁੱਛਣਾ ਚਾਹੁੰਦੇ ਹੋ ਆਪਾਂ ਕੋ ਲੈ ਦੇ ਕੇ 3 ਕੁ ਮਿੰਟ ਬਾਕੀ ਨੇ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਜੀ?
ਮੈਂ ਭਾਈ ਇੱਕ ਗੱਲ ਕਰਨਾ ਚਾਹੁੰਦਾ ਜੀ, ਮੈਂ ਨਾ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਬੈਠਾ ਸੀਗਾ, ਉੱਥੇ ਕਿਸੇ ਨੇ ਕਵਿਤਾ ਗਾਈ ਸੀਗੀ ਜੀ, ਇੱਕ ਛੋਟੀ ਜੀ, ਉਹਦੇ ਮੈਨੂੰ ਤਦ ਇੱਕ ਬੋਲ ਯਾਦ ਆ ਜੀ। ਉਹ ਕਹਿੰਦੇ ਸੀਗੇ, ਜਿਨ੍ਹਾਂ ਵੇਖਿਆ ਨਹੀਂ ਉਹ ਤਾਂ ਬੋਲਦੇ ਨੇ, ਜਿਨ੍ਹਾਂ ਵੇਖ ਲਿਆ ਉਹ ਤਾਂ ਬੋਲਦੇ ਹੀ ਨਹੀਂ। ਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹਨਾਂ ਨਹੀਂ ਦੇਖਿਆ ਉਹ ਬੋਲਦੇ ਨੇ, ਜਿਹਨਾਂ ਵੇਖ ਲਿਆ ਉਹ ਬੋਲਦੇ ਹੀ ਨਹੀਂ। ਜਿਹੜਾ ਬੰਦਾ ਅਸਲੀ ਸੱਚ ਤੇ ਆ ਗਿਆ ਉਹ ਦੂਜੇ ਨੂੰ ਮਾੜਾ ਨਹੀਂ ਕਹਿੰਦਾ, ਉਹਨੂੰ ਪਤਾ ਆ ਬਿਲਕੁਲ ਕਿ ਬਿਲਕੁਲ ਸਹੀ ਗੱਲ ਹੈ ਮੈਂ ਇੱਥੇ ਸੱਚ ਤੇ ਖੜਾ ਆ। ਤੇ ਲੇਕਿਨ ਫਿਰ ਵੀ ਜਾਂਦੇ ਜਾਂਦੇ ਮੈਂ ਤੁਹਾਨੂੰ ਇਹ ਕੁਐਸਚਨ ਜ਼ਰੂਰ ਪੁੱਛੂੰਗਾ ਕਿ ਆ ਜਿਹੜਾ ਸਾਡੇ ਪ੍ਰਚਾਰਕ ਨੇ ਜਾਂ ਪ੍ਰਧਾਨ ਨੇ, ਇਹ ਗਲਤ ਪਾਸੇ ਨੂੰ ਕਿਉਂ ਜਾਂਦੇ ਨੇ? ਤੁਸੀਂ ਇਹਦੇ ਬਾਰੇ ਕੀ ਕਹੋਗੇ? 1 ਮਿੰਟ ਦੇ ਵਿੱਚ ਜ਼ਰੂਰ, 1 ਮਿੰਟ ਦੇ ਵਿੱਚ। ਦੇਖੋ ਹਾਂਜੀ, ਇਹ ਜਿਹੜੇ ਜਿੱਦਾਂ ਤੁਸੀਂ ਕੋਈ ਵੀ ਹੈਗਾ ਜੀ, ਪਹਿਲਾਂ ਤਾਂ ਆਪਾਂ ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖੀਏ, ਆਪਾਂ ਵੀ ਬਹੁਤ ਜ਼ਿਆਦਾ ਗਲਤੀਆਂ ਦੇ ਪੁਤਲੇ ਹਾਂ, ਹੈ ਨਾ ਜੀ? ਜੀ ਠੀਕ ਹੈ ਨਾ ਜੀ। ਜੀ ਆਪਾਂ ਇੱਕ ਪਰਮਾਤਮਾ ਅੱਗੇ ਇਹੀ ਅਰਦਾਸ ਕਰ ਸਕਦੇ ਹਾਂ ਕਿ ਹਰੇਕ ਨੂੰ ਮਤ ਬੁੱਧੀ ਬਖਸ਼ੇ ਜੀ, ਠੀਕ ਹੈ ਨਾ ਜੀ? ਜੀ ਤੇ ਆਪੇ ਹੀ ਪਰਮਾਤਮਾ ਵਾਹਿਗੁਰੂ ਜਿਹੜਾ ਏਡਾ ਵੱਡਾ ਹੈਗਾ ਨਾ ਜੀ, ਉਹ ਸਾਰੀ ਨੂੰ ਦੇਖਦਾ ਤਾਂ ਉਹ ਆਪੇ ਹੀ ਸਭ ਕੁਝ ਠੀਕ ਕਰਦਾ ਜੀ। ਜੀ ਜੀ ਨਵਜੋਤ ਜੀ, ਤੁਹਾਡਾ ਬਹੁਤ ਵਧੀਆ ਵਿਚਾਰ ਆ, ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢਿਆ ਟੀਵੀ ਲਈ, ਤੁਹਾਡਾ ਬਹੁਤ ਬਹੁਤ ਹਾਂਜੀ ਧੰਨਵਾਦ ਜੀ। ਥੈਂਕ ਠੀਕ ਯੂ ਹੈ ਜੀ, ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ, ਆਪਾਂ ਫਿਰ ਵਾਪਸ ਆਉਂਦੇ ਹਾਂ ਇਸੇ ਗੱਲ 'ਤੇ ਕਿ ਅੱਜ ਦਾ ਜਿਹੜਾ ਸਮਾਂ ਸੀ ਉਹ ਇੱਦਾਂ ਦਾ ਸੀਗਾ ਕਿ ਖਾਲਸਾ ਜੀ ਦੇ ਵਿਚਾਰ ਵੀ ਸੁਣੇ, ਹੋਰ ਕੋਲਰ ਅੰਮ੍ਰਿਤ ਦੇ ਵਿਚਾਰ ਵੀ ਸੁਣੇ। ਵਿਸ਼ਾ ਵਾਪਸ ਇਹੀ ਆ ਕਿ ਜੇ ਸਾਡੇ ਆਪਾਂ ਘਰ ਤੋਂ ਚੱਲੀਏ, ਮਾਂ ਬਾਪ ਚੰਗੇ ਆ, ਬੱਚੇ ਅੱਗੇ ਚੰਗੇ ਬਣ ਜਾਂਦੇ ਨੇ, ਜੇ ਆਪਾਂ ਬੱਚਿਆਂ ਨੂੰ ਵਧੀਆ ਸਮਝਾਈਏ ਤਾਂ ਉਹ ਵਧੀਆ ਬਣ ਜਾਂਦੇ। ਇਹੀ ਮੰਨਣਾ ਆ ਕਿ ਖਾਲਸਾ ਜੀ ਜਾਂਦੇ ਜਾਂਦੇ 1 ਮਿੰਟ ਲਈ ਜ਼ਰੂਰ ਕਹੋ ਕਿ ਆਪਣੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਅਤੇ ਜਾਂ ਜਿਹੜੇ ਪ੍ਰਚਾਰਕ ਨੇ ਉਹ ਉਹਨਾਂ ਨੂੰ ਕੀ ਵਿਚਾਰਨਾ ਚਾਹੀਦਾ ਜਾਂ ਕਿੱਦਾਂ ਦੇ ਹੋਣੇ ਚਾਹੀਦੇ ਨੇ ਉਹ? ਦੇਖੋ ਜਿਹੜੇ ਜਿੰਨੇ ਵੀ ਪ੍ਰਚਾਰਕ ਨੇ ਗੁਰੂ ਘਰ ਦੇ ਉਹ ਆਪੇ ਸੁਧਰ ਜਾਣਗੇ ਜੇ ਅਸੀਂ ਸੱਚਾ ਸੁੱਚਾ ਜੀਵਨ ਜਿਉਣ ਲੱਗ ਜਾਈਏ, ਕਿਉਂਕਿ ਸਾਡੇ ਬੱਚੇ ਉਹਨਾਂ ਨੂੰ ਜ਼ਿਆਦਾ ਨਾ ਦੇਖਣ, ਸਾਨੂੰ ਵੇਖਣ। ਸਾਡੇ ਜਿਹੜੇ ਬੱਚੇ ਨੇ ਜੋ ਅਸੀਂ ਕਹਿੰਦੇ ਹਾਂ ਉਹ ਨਹੀਂ ਕਰਦੇ, ਸਾਡੇ ਬੱਚੇ ਉਹ ਕਰਦੇ ਨੇ ਜੋ ਅਸੀਂ ਕਰਦੇ ਹਾਂ। ਜੇ ਅਸੀਂ ਅਸੀਂ ਜੇ ਅਸੀਂ ਸਿੱਖੀ ਸਿਰਫ ਦਿਖਾਉਣ ਵਾਸਤੇ ਜਿਉਂਦੇ ਪਏ ਹਾਂ ਤਾਂ ਬੱਚੇ ਉਹ ਤੋਂ ਸਾਡੇ ਤੋਂ ਸਿੱਖੀ ਤੋਂ ਦੂਰ ਹੋ ਜਾਣਗੇ। ਜੇ ਅਸੀਂ ਸਿੱਖੀ ਨੂੰ ਜਿਉਂਦੇ ਪਏ ਹਾਂ ਫਿਰ ਬੱਚੇ ਸਾਡੇ ਨਾਲ ਲੱਗਣਗੇ, ਉਹਦੇ 'ਚ ਸਾਨੂੰ ਕਿਸੇ ਹੋਰ ਕਿੰਤੂ ਪਰੰਤੂ ਕਰਨ ਦੀ ਲੋੜ ਹੀ ਨਹੀਂ। ਜਿਸ ਟਾਈਮ ਗੁਰੂ ਸਾਹਿਬ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਉਦੋਂ ਜਿਹੜੇ ਸਿੱਖ ਜਿਹੜਾ ਦੂਜਾ ਸਿੱਖ ਸੀਗੇ ਉਦੋਂ ਕੋਈ ਇਹ ਥੋੜ੍ਹੀ ਸੀ ਟੀਵੀ ਰੇਡੀਓ ਜਾਂ ਟੈਲੀਵਿਜ਼ਨ ਸਨ। ਇੱਕ ਸਿੱਖ ਦੇ ਉੱਚੇ ਸੁੱਚੇ ਜੀਵਨ ਨੂੰ ਵੇਖ ਕੇ ਦੂਜਾ ਜਿਹੜੇ ਇਨਸਾਨ ਸੀਗੇ ਪ੍ਰਭਾਵਿਤ ਹੋ ਕੇ ਸਿੱਖ ਬਣ ਜਾਂਦੇ ਸੀ। ਔਰ ਗੁਰੂ ਸਾਹਿਬ ਦੇ ਟਾਈਮ ਇਸ ਤਰ੍ਹਾਂ 20 ਲੱਖ ਗੁਰੂ ਨਾਨਕ ਨਾਮ ਲੇਵਾ ਸਿੱਖ ਸੀ ਪੂਰੇ ਵਰਲਡ ਦੇ ਵਿੱਚ। ਤੋ ਇਸ ਕਰਕੇ ਅਸੀਂ ਜੇ ਆਪਣਾ ਜੀਵਨ ਸੱਚਾ ਸੁੱਚਾ ਜਿਉਣ ਲੱਗ ਜਾਈਏ ਸਿੱਖੀ ਜੀਵਨ, ਸਾਡੇ ਬੱਚੇ ਵੀ ਸਾਡੇ ਤੋਂ ਪ੍ਰਭਾਵਿਤ ਹੋਣਗੇ ਔਰ ਜਿਨ੍ਹਾਂ ਨੂੰ ਅਸੀਂ ਮਿਲਾਂਗੇ ਉਹ ਵੀ ਸਾਡੇ ਤੋਂ ਪ੍ਰਭਾਵਿਤ ਹੋਣਗੇ। ਪਰ ਜੇ ਅਸੀਂ ਆਪਣਾ ਜੀਵਨ ਨਕਲੀ ਰੱਖਾਂਗੇ, ਸਿਰਫ ਬਾਹਰੀ ਦਿਖਾਵੇ ਵਾਸਤੇ ਰੱਖਾਂਗੇ, ਜੇ ਅਸੀਂ ਜੀਵਨ ਸੱਚਾ ਸੁੱਚਾ ਨਹੀਂ ਜਿਉਵਾਂਗੇ ਸਿੱਖੀ ਸਿਧਾਂਤਾਂ ਦੇ ਉੱਤੇ, ਫਿਰ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਜਾਣਗੇ ਔਰ ਉਹਦੇ 'ਚ ਅਸੀਂ ਉਹਨਾਂ ਨੂੰ ਕੁਛ ਕਹਿਣ ਦੇ ਵੀ ਹੱਕਦਾਰ ਨਹੀਂ ਹੁੰਦੇ। ਕਿਉਂਕਿ ਨਿਰਾ ਸਿੱਖੀ ਦਾ ਹੀ ਨਹੀਂ ਗੱਲ ਹੈਗਾ, ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਤੁਸੀਂ ਝੂਠ ਨਹੀਂ ਬੋਲਣਾ, ਜੇ ਅਸੀਂ ਆਪ ਹੀ ਸਾਰਾ ਦਿਨ ਝੂਠੇ ਕੰਮ ਕਰਨੇ ਆ, ਝੂਠ ਬੋਲਣੇ ਆ, ਮਾੜਾ ਬੋਲਣੇ ਆ, ਠੱਗੀ ਠੋਰੀਆਂ ਕਰਨੇ ਆ, ਤਾਂ ਬੱਚੇ ਵੀ ਉਦੋਂ ਹੀ ਕਰਨਗੇ। ਤੋ ਇਸ ਕਰਕੇ ਸਾਨੂੰ ਜਿਹੜਾ ਸੱਚਾਈ ਜਿਹੜੀ ਹੈ, ਅਸੀਂ ਜੇ ਆਪ ਹੀ ਸੱਚਾ ਸੁੱਚਾ ਜੀਵਨ ਜੀਵਾਂਗੇ ਸਾਡੇ ਬੱਚੇ ਵੀ ਸਾਡੇ ਤੋਂ ਸਿੱਖਣਗੇ, ਸਾਡੇ ਭੈਣ ਭਰਾ ਵੀ ਸਿੱਖਣਗੇ। ਜਿਸ ਤਰ੍ਹਾਂ ਹੁਣ ਮੰਨ ਲਓ ਤੁਸੀਂ ਜਿਸ ਨੂੰ ਤੁਸੀਂ ਦੱਸਿਆ, ਤੁਸੀਂ ਜੇ ਦਸਤਾਰ ਸਜਾਉਂਦੇ ਹੋ, ਦਸਤਾਰ ਸਜਾ ਕੇ ਤੁਹਾਨੂੰ ਲੱਗੇਗਾ ਵੀ ਠੀਕ ਹੈ, ਹੌਲੀ ਹੌਲੀ ਤੁਸੀਂ ਉਹ ਅਜੇ ਤੁਹਾਨੂੰ ਇਹ ਹੁੰਦਾ ਕਿ ਅਸੀਂ ਦਸਤਾਰ ਸਜਾ ਕੇ ਤੇ ਆਉਣਾ ਜ਼ਰੂਰੀ ਹੈ, ਹੌਲੀ ਹੌਲੀ ਤੁਹਾਨੂੰ ਅੱਛਾ ਲੱਗੇਗਾ। ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਦਸਤਾਰ ਸਜਾਈ ਹੁੰਦੀ ਹੈ ਤੁਹਾਡੇ 'ਚ ਦੂਜੀ ਤਰ੍ਹਾਂ ਦੀ ਸਪਿਰਿਟ ਇਨਫਿਊਜ਼ ਹੋ ਜਾਂਦੀ ਹੈ। ਜੀ ਖਾਲਸਾ ਜੀ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢਿਆ, ਜਿਹੜਾ ਆਪਣਾ ਅੱਜ ਦਾ ਐਪੀਸੋਡ ਸੀ ਇਹ ਆਪਾਂ ਇੱਥੇ ਹੀ ਖਤਮ ਕਰਾਂਗੇ। ਜਿਹੜੇ ਵਿਚਾਰ ਸੀ ਤੁਹਾਡੇ ਸੁਣਨ ਨੂੰ ਵਧੀਆ ਲੱਗਾ, ਬਾਕੀ ਵੀ ਜੇ ਕੋਈ ਇਸ ਤਰ੍ਹਾਂ ਦੇ ਵਿਚਾਰ ਹੋਰ ਦੇਣਾ ਚਾਹੁੰਦਾ ਜਾਂ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਹੇਠ ਲਿਖੇ ਨੰਬਰਾਂ 'ਤੇ ਵੀ ਕਰ ਸਕਦੇ ਹੋ, ਜਾਂ ਮੈਨੂੰ ਈਮੇਲ ਕਰ ਸਕਦੇ broad@justbroadcasting.com ਜਾਂ info@justbroadcasting.com ਜਾਂ ਮੇਰੇ ਪਰਸਨਲ ਨੰਬਰ 'ਤੇ 317-538-5853-5585। ਧੰਨਵਾਦ ਜਿਹੜਾ ਤੁਸੀਂ ਅੱਜ ਸਮਾਂ ਕੱਢਿਆ। ਆਓ ਜੀ।